ਚੰਗਾ ਪੁੱਤ ਤੂੰ ਮੂੰਹ ਚ ਲੈਣਾ ਉੱਤੇ ਬੜਾ ਸ਼ਹਿਦ ਲੱਗਾ ਬਾਬਾ ਮੈਨੂੰ ਇਹ ਦੱਸ ਯਾਰ ਤੂੰ ਤੂੰ ਸਾਨੂੰ ਇੰਨਾ ਸਫ਼ਰ ਕਰਾ ਕੇ ਜੋ ਇੱਥੇ ਲੈ ਕੇ ਆਇਆ ਕਿ ਫਲਾਣੇ ਬਾਬਾ ਜੀ ਨੂੰ ਮਿਲਣਾ ਇੱਥੇ ਕਿਹੜਾ ਬਾਬਾ ਮੌਜੂਦ ਆ ਪਹਿਲੇ ਮੈਨੂੰ ਇਹ ਦੱਸ ਤੈਨੂੰ ਇਹੀ ਨਹੀਂ ਪਤਾ ਵੀ ਬੜੇ ਪਹੁੰਚੇ ਬਾਬੇ ਨੇ ਬੜੀਆਂ ਬਰਕਤਾਂ ਵਾਲੇ ਬਾਬੇ ਨੇ ਅੱਛਾ ਕੱਲ ਮੈਂ ਜਦ ਤੇਰੇ ਘਰ ਗਿਆ ਉੱਤੇ ਤੋਂ ਪਹਿਲੇ ਉੱਥੇ ਪਹੁੰਚੇ ਸੀ ਮੇਰੇ ਬਜ਼ੁਰਗ ਨੇ ਉਹ ਪਹੁੰਚ ਸਕਦੇ ਆ ਅੱਛਾ ਅੱਲਾ ਦੇ ਬੰਦੇ ਆ 90 ਸਾਲ ਦੀ ਉਮਰ ਦੇ ਵਿੱਚ ਮੁੰਡਾ ਹੁੰਦਾ ਕਿਸੇ ਨੂੰ ਨਹੀਂ ਨਹੀਂ ਕਿੰਨੇ ਮੈਨੂੰ ਇਹਨਾਂ ਨੇ ਮੁੰਡਾ ਦਿੱਤਾ ਵਾ ਕਿੰਨੇ ਸਾਲ ਦੀ ਉਮਰ 'ਚ ਹਾਂਜੀ ਕਿੰਨੇ ਸਾਲ ਦੀ ਉਮਰ 'ਚ 90 ਸਾਲ ਦੀ ਇੰਨੀ ਦੇਰ ਬਾਅਦ ਰਾਸਤਾ ਲੱਭਾ ਤੁਹਾਨੂੰ ਓਏ ਅੱਛਾ ਫਿਰ ਇਹਨਾਂ ਨੇ ਪਹਿਲਾਂ ਤਵੀਜ਼ ਦਿੱਤਾ ਮੈਨੂੰ ਅੱਛਾ ਇੱਥੇ ਅਸਰ ਨਹੀਂ ਕੀਤਾ ਫਿਰ ਇਹਨਾਂ ਨੇ ਘਰ ਜਾ ਕੇ ਦਿੱਤਾ ਫਿਰ ਤੈਨੂੰ ਕੀ ਕੰਮ ਆ ਕਾਕਾ ਇੱਥੇ ਓ ਯਾਰ ਮੈਨੂੰ ਬਾਬੇ ਨੇ ਤੂੰ ਮਲਾਏਗਾ ਤੇ ਮੈਂ ਬਾਬੇ ਨੂੰ ਦੱਸਣਾ ਮੇਰੀ ਕੋ ਪਰਸਨਲ ਗੱਲ ਆ ਬਾਬੇ ਨਾਲ ਬੜੇ ਪਹੁੰਚੇ ਬਾਬੇ ਨੇ ਬੜੇ ਪਹੁੰਚੇ ਤੁਸੀਂ ਸੁਣਾਓ ਜੀ ਸ਼ੁਕਰ ਅੱਲਾ ਦਾ ਇਹ ਤੁਸੀਂ ਖੈਰ ਨਾ ਇੱਥੇ ਹੀ ਹਾਂਜੀ ਮੈਂ ਵੀ ਇੱਥੇ ਕੰਮ ਆਇਆ ਆਏ ਕਿੱਥੋਂ ਜਨਾਬ ਮੈਂ ਬੜੀ ਦੂਰੋਂ ਸੁਣਿਆ ਬਾਬਾ ਜੀ ਦਾ ਕਿੱਥੋਂ ਮੈਂ ਸ਼ੇਖਪੁਰੋਂ ਆਇਆ ਓਏ ਹੋ ਚਾਬੀ ਲਈ ਗੱਡੀ ਤੇ ਹਾਂ ਕਾਕਾ ਅੱਛਾ ਫੇਰ ਕਿਉਂ ਦੇ ਕੇ ਮਸਲਾ ਮਸੈਲ ਦੇਣਾ ਓ ਯਾਰ ਅੱਜ ਮੇਰੇ ਨਾਲ ਕੀ ਮਸਲਾ ਹੋ ਗਿਆ ਵਾ ਕੀ ਹੋਇਆ ਮੈਂ ਗੱਡੀ 'ਚ ਸਫ਼ਰ ਕਰ ਰਿਹਾ ਸੀ ਸਾਹਮਣੇ ਬਾਬਾ ਜੀ ਬੈਠੇ ਸੀ ਅੱਛਾ ਉਹਨਾਂ ਦੇ ਹੱਥ 'ਚ ਛਾਪਰ ਸੀ ਮੈਂ ਪੁੱਛਿਆ ਮੈਂ ਕਿਹਾ ਬਾਬਾ ਜੀ ਛਾਪਰ 'ਚ ਕੀ ਕਹਿੰਦੇ ਤੂੰ ਪੁੱਛ ਕੇ ਭੈਣ ਦਾ ਰਿਸ਼ਤਾ ਦੇਣਾ ਸਹੀ ਗੱਲ ਆ ਮੈਂ ਚੁੱਪ ਕਰ ਗਿਆ ਮੈਂ ਕਿਹਾ ਮਾਰਨਗੇ ਫੇਰ ਮੈਂ ਕਿਹਾ ਬਾਬਾ ਜੀ ਛਾਪਰ 'ਚ ਕੀ ਕਹਿੰਦੇ ਤੂੰ ਪੁੱਛ ਕੇ ਭੈਣ ਦਾ ਰਿਸ਼ਤਾ ਦੇਣਾ ਹੱਥ ਸੁੱਟ ਗੱਡੀ ਰੁਕੀ ਮੈਂ ਛਾਪਰ ਖੋ ਕੇ ਦੌੜ ਪਿਆ ਤੇ ਛਾਪਰ 'ਚ ਕੀ ਸੀ ਤੂੰ ਪੁੱਛ ਕੇ ਭੈਣ ਦਾ ਰਿਸ਼ਤਾ ਦੇਣਾ ਓ ਸੋਹਣਿਆ ਓਏ ਮੈਂ ਮਰ ਗਿਆ ਓ ਤੈਨੂੰ ਕੀ ਹੋਇਆ ਤੂੰ ਪੁੱਛ ਕੇ ਭੈਣ ਦੇਣੀ ਆ ਇਹ ਦੋਨਾਂ ਨੇ ਮੈਨੂੰ ਹੀ ਜਾਣਾ ਉਹ ਸੋਹਣਿਆ ਇਹ ਫੈਸਲਾਬਾਦ ਸ਼ਹਿਰ ਆ ਅੱਛਾ ਇੱਥੇ ਹਰ ਅਮੀਰ ਗਰੀਬ ਆਦਮੀ ਜੁਗਤਾਂ ਕਰਦਾ ਅੱਜ ਨੇ ਸਾਡੇ ਭਰਾ ਡਰਾਮਾ ਵੇਖਣ ਆਉਂਦੇ ਆ ਅੱਛਾ ਇਹ ਡਰਾਮਾ ਵੇਖਣ ਨਹੀਂ ਆਉਂਦੇ ਕੀ ਕਰਨ ਆਉਂਦੇ ਇਹ ਡਰਾਮੇ ਨੂੰ ਠੀਕ ਕਰਨ ਆਉਂਦੇ ਆ ਓਏ ਇੱਕ ਬਾਬਾ ਜੀ ਸਾਈਕਲ ਤੇ ਜਾਣ ਦੇ ਤੇ ਡਿੱਗ ਪਏ ਅੱਛਾ ਮੈਂ ਕਿਹਾ ਬਾਬਾ ਜੀ ਉੱਠ ਖਲੋ ਕਿਸੇ ਨੇ ਨਹੀਂ ਵੇਖਿਆ ਤੋਤੀ ਚੁੱਕ ਕੇ ਕਹਿੰਦਾ ਕਾਕਾ ਤੂੰ ਵੇਖ ਲਾ ਫੇ ਵੇਖਿਆ ਐਦਾਂ ਦਾ ਸੀ ਮੈਂ ਵੀ ਕਹਾਂ ਤੇਰੀ ਮਾਂ ਇਹਨੂੰ ਚੁੰਮਦੀ ਕਿਉਂ ਆ ਉਹ ਪੁੱਤਾਂ ਵਰਗਾ ਮੈਂ ਕਿਹਾ ਬਾਬਾ ਜੀ ਤੁਸੀਂ ਬਹੁਤ ਮਾਸ਼ਾਅੱਲਾ ਮੈਨੂੰ ਸਿਆਣੇ ਬਜ਼ੁਰਗ ਲੱਗੇ ਹੋ ਬੜੇ ਮਾਸ਼ਾਅੱਲਾ ਤੁਸੀਂ ਜ਼ਿੰਦਗੀ ਗੁਜ਼ਾਰੀ ਆ ਬੜੇ ਤਜਰਬੇ ਵੀ ਹੋਣੇ ਤੁਹਾਨੂੰ ਜੀ ਜੀ ਇੱਕ ਸਵਾਲ ਦਾ ਜਵਾਬ ਦਿਓ ਬਾਬਾ ਜੀ ਦਵਾਂਗੇ ਇਹ ਜਦੋਂ ਬੱਚੀ ਬੱਚਾ ਹੋਣ ਵਾਲਾ ਹੁੰਦਾ ਜੀ ਇਹ ਔਰਤਾਂ ਸੋਹਣੀਆਂ ਸੋਹਣੀਆਂ ਤਸਵੀਰਾਂ ਕਿਉਂ ਵੇਖਦੀਆਂ ਕਿਉਂ ਕਿ ਬੱਚਾ ਸੋਹਣਾ ਹੋਵੇ ਮੈਨੂੰ ਤਾਂ ਲੱਗਦਾ ਕਿਤੇ ਤੁਹਾਡੀ ਮਾਂ ਨੇ ਕਿਤੇ ਇੰਜਣ ਹੀ ਖੁੱਲਾ ਵੇਖਿਆ ਇਹ ਬਾਬਾ ਜੀ ਇਹ ਬਾਬਾ ਜੀ ਬੜਾ ਹਾਰ ਪਾਇਆ ਸਾਈਕਲ ਤੋਂ ਉਤਰੇ ਹੋ ਨਹੀਂ ਤੇਰੀ ਭੈਣ ਤੋਂ ਉਤਰੇ ਆ ਬਾਬਾ ਜੀ ਓਏ ਤੇਰਾ ਬਾਬਾ ਜੀ ਹਾਂਜੀ ਅਗਰ ਇਹ ਗੱਲ ਕਹਵਾ ਗੁੱਸਾ ਤੇ ਨਹੀਂ ਕਰੂਗੇ ਨਹੀਂ ਪੁੱਤ ਤੇਰਾ ਮਣੀ ਚਮਕਾ ਦੜਾ ਦਾ ਮੂੰਹ ਆ ਓਏ ਕੋਈ ਗੱਲ ਹਾਂਜੀ ਕੁਝ ਨਹੀਂ ਬੜਾ ਵੱਡਾ ਚੋਰ ਸੀ ਬੜਾ ਵੱਡਾ ਚੋਰ ਸੀ ਪਹਿਲੀ ਚੋਰੀ ਕਰਨ ਗਿਆ ਫੜਿਆ ਗਿਆ ਤੁਹਾਡੇ ਘਰੋਂ ਹਾਂਜੀ ਕੱਲ ਕੱਲ ਕੰਧ ਟੱਪੀ ਆ ਤੁਹਾਡੀ ਤੇ ਫੜਿਆ ਗਿਆ ਉਹ ਤੋਂ ਆ ਗਿਆ ਹਾਂ ਭਲਾ ਕਿਉਂ ਉਹ ਕਿਉਂ ਚੀਕੂ ਚੀਕੂ ਵਾਲੀ ਜੁੱਤੀ ਪਾਈ ਸੀ ਸਾਲੇ ਨੇ ਜੇ ਤੂੰ ਨਾ ਪਾਈ ਹੁੰਦੀ ਜੁੱਤੀ ਸਾਲੇ ਕਮਲ ਕਮ ਫੜਿਆ ਤੇ ਨਾ ਜਦੋਂ ਬਾਬਾ ਉੱਤੋਂ ਆ ਗਿਆ ਆ ਬਾਬਾ ਜੀ ਕੱਲ ਬਿਮਾਰ ਹੋਵੇ ਇਹਨਾਂ ਦੇ ਘਰ ਦਿਆਂ ਨੇ 11 ਬਾਈ ਨੂੰ ਫੋਨ ਕੀਤਾ ਉਹਨਾਂ ਨੇ ਆਣ ਕੇ ਪੁੱਛਿਆ ਹਾਂਜੀ ਕਹਿੰਦੇ ਕੁਛ ਨਹੀਂ ਗੁਜਰੇ ਬਾਜੀ ਦੀ ਮਹਿੰਦੀ ਲੈ ਕੇ ਜਾਣੀ ਬਾਬਾ ਲੈਟਾਂ ਵਾਲੇ ਬੂਟ ਪਾ ਕੇ ਕਹਿੰਦੇ ਮੈਨੂੰ 11 ਬਾਈ ਕਹੋ ਉਹ ਕੱਲ 11 ਬਾਈ ਨਾਲ ਲੜ ਪਿਆ ਕਿਉਂ ਅੱਗੇ ਬਹਿ ਕਹਿੰਦਾ ਮੈਨੂੰ ਅੱਗੇ ਬਹਿ ਕੇ ਜਾਣਾ ਆ ਮੁੰਡਾ ਬੜਾ ਅੱਗੇ ਬਹਿ ਕੇ ਜਾਣਾ ਆ ਮੁੰਡਾ ਬੜਾ ਜ਼ਹੀਨ ਆ ਆ ਇਹ ਆਪਣੀ ਵੱਡੀ ਬੱਚੀ ਦਾ ਰਿਸ਼ਤਾ ਮੈਨੂੰ ਹੀ ਦੇਣਾ ਹਾਂਜੀ ਜਿਹੜੀਆਂ 7 ਭੈਣਾਂ ਵਾ ਛੋਟੀਆਂ ਸਭ ਦੇ ਵਿਆਹਤੀਆਂ ਮੈਂ ਹਾਂਜੀ 7 ਭੈਣਾਂ ਵਾ ਅੱਛਾ ਚਾਰ 20-20 ਚ ਨੱਚਦੀਆਂ ਤੇ ਮਲਤਾਨ 3 ਟਕੇ ਟਕੇ ਤੇ ਨੱਚਦੀਆਂ ਉਹ ਭਾਈ ਇਨਕਮ ਵਧੀ ਆ ਇਨਕਮ ਕਾਦੀ ਸਾਰੇ ਪੈਰੇ ਬਾਬੇ ਦੀ ਬਾਬੇ ਦੀ ਵੀ 4 ਭੈਣੀਆਂ ਆ ਅੱਛਾ ਬਾਬੇ ਦੀ 4 ਗੱਡੀਆਂ ਵਾ ਅੱਛਾ ਵੈਗਨਾਰ ਸਦੂਕੀ ਰਿਆਨਾ ਸ਼ਬਾਨਾ ਵੈਗਨਾਰ ਸਜ਼ੂਕੀ ਰਿਆਨਾ ਤੇ ਸ਼ਬਾਨਾ ਦੋ ਪੈਟਰੋਲ ਤੇ ਚੱਲਦੀਆਂ ਦੋ ਸਰੋਂ ਦੇ ਤੇਲ ਤੇ ਚੱਲਦੀਆਂ ਇੱਧਰ ਹੋ ਜਾ ਇੱਕੋ ਹੀ ਗਲੀ ਦੇ ਆ ਹਕੀਮਾ ਆ ਬਾਬਾ ਜੀ ਨੇ 1500 ਦਾ ਬਾਂਦਰ ਲਿਆ ਤੇ ਤਮਾਸ਼ਾ ਕਰਾਣ ਲਾ ਪਿਆ ਅੱਛਾ ਗਲੀ 'ਚ ਤਮਾਸ਼ਾ ਕਰਾਣ ਦੇ ਬਾਂਦਰ ਨੂੰ ਕਹਿੰਦਾ ਸਹੁਰਿਆਂ ਘਰ ਕਿੱਦਾਂ ਜਾਈਦਾ ਉਹ ਇਹਨਾਂ ਨਹੀਂ ਵੜ ਗਿਆ ਬਾਬੇ ਦਾ ਨਵਾਂ ਵਿਆਹ ਹੋਇਆ ਅੱਛਾ ਆਪਣੇ ਸਹੁਰੇ ਨੂੰ ਕਹਿੰਦਾ ਮੈਂ 125 ਹੀ ਲੈਣਾ ਮੈਂ 125 ਹੀ ਲੈਣਾ ਅੱਛਾ ਉਹਨੇ ਦੇ ਮਾਰੇ ਛਿੱਤਰ ਕਹਿੰਦਾ ਸਾਲਿਆ ਪੂਰੇ ਮਹੱਲੇ ਦੀ ਟੈਕਸੀ ਤੈਨੂੰ ਦੇਤੀ ਹਲੇ 125 ਲੈਣਾ ਹਾਂ ਬਾਬਾ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਬਾਬੇ ਦੇ ਮਲੰਗ ਬਈ 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 ਬਾਬੇ ਦੇ ਮਲੰਗ ਕੀ ਬਚਾ ਬਾਬਾ ਜੀ ਮੈਨੂੰ ਕੋਈ ਤਵੀਜ਼ ਦਿਓ ਮੈਂ ਸੌਵਾਂ ਆਪਣੇ ਨਾਲੋਂ ਉੱਠਾਂ ਤੁਹਾਡੇ ਨਾਲੋਂ ਹਾਏ ਹਾਏ ਬੱਚਿਆ ਜਿੰਨੀ ਠੰਡ ਪੈਣ ਨਹੀਂ ਤੂੰ ਸੌਂ ਹੀ ਬਾਬੇ ਦੇ ਨਾਲ ਆਹ ਤੇਰੇ ਸਦਕੇ ਜਾਵਾਂ ਪੁੱਤਰੇ ਹਾਂਜੀ ਬਾਬਾ ਜੀ ਤੇ ਪਹੁੰਚਣਾ ਹੀ ਉੱਥੋਂ ਜਿੱਥੇ ਬਾਬੇ ਨੂੰ ਵੀ ਠੰਡ ਪੈ ਜਾਣੀ ਹੈ ਮੈਂ ਕਿਹਾ ਹਾਏ ਹਾਏ ਉਹ ਮੇਰਾ ਹਾਏ ਹਾਏ
ਮਾਮੂਲੀ ਬੱਚਾ ਨਹੀਂ ਸਾਡੇ ਦਮ ਦਰੂਦ ਨਾ ਹੋਇਆ। ਅੱਛਾ ਜੀ, ਅੱਜ ਤੱਕ ਇਹਦਾ ਮਾਂ ਪਿਓ ਸਾਨੂੰ ਦੁਆਵਾਂ ਦੇਣ ਦੇ ਆ। ਕੀ ਇਹ ਮਾਂ ਪਿਓ ਨੂੰ ਸਰਾਣੇ ਦੀ ਥਾਂ ਕੰਮ ਦਿੰਦਾ ਵਾ? ਮੈਨੂੰ ਬੋ ਆਉਂਦੀ ਆ। ਡਾਕਟਰ ਕਹਿੰਦਾ ਸਾਲੇ ਜਿੱਥੇ ਤੇਰਾ ਮੂੰਹ ਜਾਂਦਾ ਤੈਨੂੰ ਬੋ ਹੀ ਆਉਣੀ। ਬਾਬਾ ਜੀ ਬੜੇ ਪਹੁੰਚੇ ਨੇ ਇੰਗਲੈਂਡ ਚ, ਬਾਬਾ ਜੀ ਨੂੰ ਮਹਿਮਾ ਨੇ ਸੱਦ ਲਿਆ ਇੱਕੋ ਹੀ ਕੰਮ ਲਈ। ਕਿੱਦਾਂ ਇਹੋ ਜਿਹੀਆਂ ਸਿਰੀਆਂ ਸਵੇਰੇ ਸਵੇਰੇ ਕਸਾਈਆਂ ਦੇ ਫੱਟੇ ਤੇ ਪਈਆਂ ਆਉਂਦੀਆਂ। ਅੱਲਾ ਮਾਫੀ ਦੇਵੇ, ਟਿਕਟਾਂ ਦੇ ਕੇ ਕਿਹਨੂੰ ਵੇਖਣ ਦੇ ਹੋ ਜਿਹਨੂੰ ਸਕੇ ਮਾਂ ਪਿਓ ਨੇ ਜੰਮ ਕੇ ਨੀ ਵੇਖਿਆ। ਮੈਂ ਇਹਦੀ ਅੰਮੀ ਨੂੰ ਪੁੱਛਿਆ, ਮੈਂ ਖਾਲਾ ਇਹਨੂੰ ਦੁੱਧ ਕਿਉਂ ਨੀ ਦਿੰਦੀ? ਕਹਿੰਦੀ ਕੰਜਰ ਜਿੱਥੇ ਮੂੰਹ ਲਾਉਂਦਾ ਛਾਲਾ ਪਾ ਦਿੰਦਾ। ਤੇਰੀ ਮਾਂ ਨੇ ਤਾਂ ਪਿਆ ਬੁਲਾਇਆ ਹੋਇਆ। ਪਠਾਨ ਵਾਕਈ ਬਾਬਾ ਜੀ ਬੜੇ ਅੱਛੇ ਬੰਦੇ ਆ। ਇੱਕ ਪਠਾਨ ਦੇ ਘਰ ਦੋ ਜੁੜਵਾਂ ਪੁੱਤਰ ਹੋਏ। ਮੈਂ ਉਹਨੂੰ ਟੈਲੀਫੋਨ ਕੀਤਾ, ਮੈਂ ਕਿਹਾ ਖਾਨ ਸਾਹਿਬ ਆਪਕੋ ਮੁਬਾਰਕ ਹੋ, ਅੱਲਾ ਨੇ ਆਪਕੋ ਦੋ ਜੁੜਵਾਂ ਬੇਟੇ ਦੀਏ। ਕਹਿੰਦਾ ਭਾਈ ਉਹ ਥਕੇ ਸੇ ਨਹੀਂ, ਹਮਨੇ ਮਿਹਨਤ ਵੀ ਦੋਨੋਂ ਤਰਫ ਸੇ ਕੀ ਹੈ। ਕੂਲਰ ਚ ਪਾਣੀ ਨੀ ਭਰਦੇ, ਸੱਤਰ ਪੌੜੀਆਂ ਉਤਰ ਕੇ ਚਾਹ ਲੈ ਕੇ ਆਉਂਦੇ ਆ। ਉੱਥੋਂ ਤੇਰੀ ਭੈਣ ਕਹਿੰਦੀ ਆ ਫੀਕੇ ਕਿੱਧਰ? ਵਾਸ਼ਰੂਮ ਸਾਥੀ ਰੇ, ਇਹਦੀ ਮਾਂ ਕਹਿੰਦੀ ਠਹਿਰ ਜਾਵੇ ਤੇਰੇ ਪਿਓ ਦਾ ਹੀ। ਮੈਂ ਬੜੀ ਦੂਰੋਂ ਆਇਆ ਬਾਬਾ ਜੀ, ਨਹੀਂ ਬਾਬਾ ਜੀ ਮੇਰਾ ਮਸਲਾ ਹੱਲ ਕਰ ਦਿਓ। ਨਾਲ ਸੱਤ ਨੰਬਰ ਗਲੀ ਜਿਹੜੀ ਉਹਦੇ ਵਿੱਚ ਦੋ ਨੰਬਰ ਘਰ ਆ ਬਾਬਾ ਜੀ, ਨੁੱਕਰ ਤੇ ਕਰਿਆਨੇ ਦੀ ਦੁਕਾਨ। ਮੈਂ ਉਹਨਾਂ ਦੀ ਕੁੜੀ ਨਾਲ ਬਾਬਾ ਜੀ ਬੜਾ ਹੀ ਪਿਆਰ ਕਰਦਾ, ਮੈਂ ਵਿਆਹ ਕਰਾਉਣਾ ਚਾਹੁੰਦਾ ਬਾਬਾ ਜੀ। ਉਹ ਘਰ ਜਿਹੜਾ ਉਹਦਾ ਨੀਲੇ ਰੰਗ ਦਾ ਬੂਹਾ ਵਾ, ਬਿਲਕੁਲ ਨਾਲ ਪਰਦਾ ਲੱਗਾ। ਬਾਬਾ ਪਹੁੰਚ ਗਏ, ਇੱਕ ਧਰੇਕ ਲੱਗੀ, ਪਹੁੰਚ ਗਏ। ਖੋਤੀ ਦੇ ਬੱਚਿਆ ਬਾਬੇ ਦੀ ਭੈਣ ਫਸਾਈ। ਬਾਬਾ ਜੀ ਕੀ ਕਹਿ ਕਰਦੇ ਬਾਬਾ ਜੀ? ਬਾਬਾ ਜੀ ਕਿੱਥੇ ਮੜ ਗਿਆ? ਕੀ ਹੈ ਤੈਨੂੰ? ਬੋਲ। ਦਰਬਾਰ ਦੀ ਰੌਣਕ ਆ, ਦਾੜ ਜਿੱਥੇ ਬੜੀ ਦਾਨ ਗਈ ਉੱਥੇ ਇਹੋ ਜਿਹਾ ਹੋਣਾ ਚਾਹੀਦਾ ਨਾ? ਹੋਣਾ ਚਾਹੀਦਾ। ਇਹ ਮਰੀਦੀ ਵਧੀ ਇਹਦੀ ਹੋਇਆ ਤੋਂ ਵਧਣੀ ਸੀ ਨਾ। ਬਿਸਮਿਲ੍ਲਾ, ਵਕਤ ਉਹ ਨਹੀਂ ਰਹੇ, ਹਾਲਾਤ ਬਦਲ ਗਏ ਆ। ਬਾਬਾ ਜੀ ਦਾ ਦਰਬਾਰ ਜਿਹੜਾ ਇੱਥੇ ਹੀ ਕੱਢ ਪਾੜ, ਸਾਰਾ ਡਰਾਮਾ ਚੱਲੇ ਤੇ ਲੋੜ ਲੋੜ ਕਹਿਣਾ ਸ਼ੁਰੂ ਕਰਤਾ। ਹੋਰ ਸੁਣਾਓ, ਕੱਢ ਪਾੜ। ਮੈਂ ਤਾਂ ਦੋ ਮਿੰਟ ਵਿੱਚ ਹੀ ਰਹਿਣ ਦੇ। ਪਾੜ ਕੱਢ, ਕੱਢ ਪਾੜ। ਉਹ ਮੈਨੂੰ ਦੱਸ ਹੁਣ ਮੈਂ ਗੱਲ ਸੁਣਾ ਕਿਹਦੀ, ਤੇਰੀ ਸੁਣਾ ਜਾਂ ਉਹਦੀ ਸੁਣਾ? ਹੈ ਕੱਢ ਪਾੜ ਆ ਕੀ ਆ, ਅੱਗੇ ਕੀ ਆ? ਜਾਲੀ
ਇਹ ਕੀ ਦੋਤੇ ਮੱਖੀ ਬੈਂਦੀ ਸੀ ਆਹੋ ਐਡੀ ਜਾਲੀ ਵੀ ਤੂੰ ਸਾਲੀ ਹੈ ਜਿਹੜਾ ਪੁਣ ਕੇ ਦੇਣੀ ਹੈ बाबा जी वैसे बड़े जानी जाना मैं हैरान हां अपने घर वाल तवज्जो क्यों नहीं हो रही क्यों नहीं ध्यान पैन दे कहन कि थले तो मैं ला देना फिर इन्हों कौन लाऊ बंदा तेरे आखे ते लग जावे पर सवेरे सवेरे जेड़ा पहला डब्बा पानी का पैदा वह भैन कड़दा ना कट बार सर्दियां दी गल करन दे जहाज तू वाकई नहीं वेखिया कदी भी नहीं वेखिया जहाज की सवारी भी नहीं कीती नहीं मैं दसदा जहाज जेड़ा ना जी ओह हुंदा है लैदा लैदा कोई छोटा हुंदा कोई वड्डा हुंदा कोई अग्गे गोल हुंदा कईआं दी अग्गे चुंझ हुंदी आ ठीक है ना जिहड़ा वड्डा हुंदा ना हां ओह 300 सवारियां भी भा लैंदा वा लेकिन F-16 छोटा हुंदा वा चलदा बहुत तेज आ यकीन मन जहाज दौड़दा रनवे दे उत्ते अच्छा हां रन दे उत्ते वे करदा इंज करके जहाज जदों जांदा है ना हां पहलों अग्गे उठदा ਉਹ ਜਦੋਂ ਅੱਗੇ ਉੱਠਦਾ ਪਿੱਛੋਂ ਦੋ ਟਾਇਰ ਬਾਹਰ ਆਉਂਦੇ ਆ ਹਾਏ ਹਾਏ ਇੰਜ ਕਰਕੇ ਜਹਾਜ ਜਾਂਦਾ ਹੀ ਪਤਲਾਂ ਚ ਤੇ ਟਾਇਰ ਪਿੱਛੋਂ ਬੂਹਾ ਹੀ ਖੜਕਾਉਂਦੇ ਆ ਹਾਂਜੀ ਤੂੰ ਜੇ ਕਿਤੇ ਰਨਵੇ ਦਾ ਘਾਹ ਵਧਿਆ ਹੋਵੇ ਫਿਰ ਜਹਾਜ ਦੀ ਚੁੰਝ ਭੁਰ ਜਾਂਦੀ ਆ ਤੂੰ ਲੈ ਲਿਆ ਮੈਨੂੰ ਈਜ਼ੀ ਈਜ਼ੀ ਤੂੰ ਲੈਂਦੀ ਹੋਏਗੀ ਸਾਡੇ ਤੇ ਡੇਲੇ ਬਾਹਰ ਆ ਜਾਂਦੇ ਆ ਨਾਲੇ ਤੂੰ ਗੱਲਾਂ ਮੈਨੂੰ ਕਿਤੇ ਸੁਣਦਿਆ ਤੈਨੂੰ ਪਤਾ ਇਹੋ ਜੀ ਗੱਲਾਂ ਮੈਨੂੰ ਪਤਾ ਕੋਈ ਨਹੀਂ ਮੈਂ ਤੇ ਮਾਸੂਮ ਹੀ ਬੜੀ ਆ ਐਨੀ ਫਟਕੜੀ ਤੇਰੀ ਮਾਸੂਮੀਅਤ ਤਾਂ ਲੱਗਦੀ ਆ ਸਾਲੀਏ ਮਾਸੂਮੀਅਤ ਦੀਆਂ ਬੱਦਰਾਂ ਬਾਹਰ ਆ ਗਈਆਂ ਆਰਾਮ ਨਾਲ ਰਹਿਣਾ ਮੈਨੇ ਸਮਝਾਈ ਆਰਾਮ ਨਾਲ ਹੀ ਆ ਮਸੂਮ ਨਾ ਕਿਆ ਕਰ ਤੂੰ ਕਿਉਂ ਨਾ ਕਰ ਤੇਰੇ ਵਰਗੀ ਮਸੂਮ ਔਰ ਠਾਣੇ ਬਿਆਰ ਪੂਰਾ ਦਿੰਦੀ ਆ ਕਿਹੜਾ ਆ ਦੋ ਨੇ ਮੇਰੀ ਅਲੱਤਾ ਫੜੀਆਂ ਦੋ ਨੇ ਬਾਬਾ ਪੰਜਵਾ ਹੂ ਐ ਹੂ ਕੀ ਹੁੰਦਾ ਇਹਦੀ ਵੇਹ ਤੋਂ ਪਰਚਾ ਹੁੰਦਾ ਹੋਰ ਕਿਹੜਾ ਉੱਤੇ ਲੁੱਡੋ ਖੇਡੀ ਦੀ ਆ ਲੁੱਡੋ ਦਾ ਪਤਾ ਨਹੀਂ ਲੁੱਡੋ ਹੁੰਦੀ ਆ ਇੱਕ ਕਾਲੀ ਦੱਬੀ ਹੁੰਦੀ ਉਹ ਬਾਹਰ ਕੱਢ ਕੇ ਨਾ ਉਹ ਚ ਦਾਣਾ ਕੜਕਾਈਦਾ ਉਹ ਪਹਿਲੇ ਕੜਕਾ ਕੇ ਇੰਜ ਕਰਕੇ ਸੁੱਟੀ ਦਾ ਪਹਿਲੀ ਵਾਰੀ ਆਉਂਦੇ ਆ ਛੱਕਾ ਫੇ ਕਾਣੇ ਹੀ ਆਉਂਦੇ ਆ ਇਹ ਕਾਣਾ ਕਿਉਂ ਆਉਂਦਾ ਕਾਣੇ ਦਾ ਨਹੀਂ ਪਤਾ ਨਹੀਂ ਡੱਬੀ 'ਚ ਜਿਹੜਾ ਦਾਣਾ ਹੁੰਦਾ ਨਾ ਉੱਤੇ ਹੀ ਕਾਣਾ ਲਿਖਿਆ ਹੁੰਦਾ ਦਾਣੇ ਦਾ ਪਤਾ ਨਹੀਂ ਉਹ ਜਿਹੜਾ ਤੈਨੂੰ ਟੇਕ ਕੇ ਨਹੀਂ ਬਹਿਣ ਦਿੰਦਾ ਆਰਾਮ ਨਾਲ ਇਹ ਮੈਂ ਸਮਝ ਆਈ ਆਰਾਮ ਨਾਲ ਹੀ ਆ ਤੈਨੂੰ ਨਹੀਂ ਪਤਾ ਮੈਂ ਵੀ ਲੋੜਣ ਨਹੀਂ ਆ ਲੋੜਨ ਆਹੋ ਤੇ ਖਲੋਤੇ ਪਤਨੀ ਮੈਂ ਐਡਰੈਸ ਔਨ ਕਰ ਲੈਣੀ ਹੈ ਫੜ ਕੇ ਸਾਲੀਏ ਸਾਰੇ ਲੌਰਨ ਲੌਰੀ ਤੂੰ ਲੌੜਨ ਇਹ ਕਿਹੜਾ ਨਾਂ ਹੋਇਆ ਮੇਰੀ ੜੇ ਫਸਦੀ ਹੈ ਇਹ ਐਲ ਪਾ ਕੇ ਕੱਢਣੀ ਪੈਣੀ ਆ ੜੇ ਫਸਦੀ ਆ ਬਦਤਮੀਜ਼ੀ ਨਾ ਕਰੀ ਆ ਲੈਂਦੇ ਮੇਰੇ ਪਿਓ ਨੂੰ ਤੇਰੀ ਮੈਂ ਇੱਕ ਇੱਕ ਸ਼ਿਕਾਇਤ ਲਾਵਾਂਗੀ ਬਸ ਚਲੀਆਂ ਮੈਂ ਤਾਂ ਆ ਬਜ਼ੁਰਗਾਂ ਨੂੰ ਕੁਛ ਨਾ ਦਸੀ ਤੈਨੂੰ ਖੁਦਾ ਦਾ ਵਾਸਤਾ ਬਾਬਾ ਜੀ ਪਤਾ ਨਹੀਂ ਚੋਰ 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 ਚੋਰ
ਮਾਰਨ ਦਿਆ ਮੈਨੂੰ ਆ ਮੈਂ ਤੇਰਾ ਬਾਬਾ ਓਏ ਉਹ ਤੈਨੂੰ ਸ਼ਰਮ ਨਾ ਆਈ ਏ ਬਾਬਾ ਜੀ ਮੇਰੇ ਕੋ ਗਲਤੀ ਹੋ ਗਈ ਬਾਬਾ ਜੀ ਮੈਨੂੰ ਮਾਫੀ ਦੇ ਦਿਓ ਮੇਰੇ ਕੋ ਗਲਤੀ ਹੋ ਗਈ ਮੈਨੂੰ ਪੁੱਤਰ ਤੈਨੂੰ ਮਾਫੀ ਨਹੀਂ ਮਿਲਣੀ ਬਾਬਿਆਂ ਨੂੰ ਮਾਰਨ ਦਿਆ ਆ ਬਾਬਾ ਜੀ ਮੈਨੂੰ ਮੇਰੇ ਕੋ ਗਲਤੀ ਹੋ ਗਈ ਬਾਬਾ ਜੀ ਬਾਬਾ ਜੀ ਤੂੰ ਲੋਕੇ ਆ ਮੈਂ ਕਹ ਰਿਹਾ ਚੋਰ ਆ ਬਾਬਾ ਜੀ ਮੈਨੂੰ ਮਾਫੀ ਦੇ ਦਿਓ ਆ ਯਾ ਪੁੱਤਰ ਬਸ ਮੈਂ ਤੈਨੂੰ ਕੀ ਦੱਸਾਂ ਮਰੀਦ ਮੇਤੇ ਖਿਜੇ ਪਏ ਆ दस के मैं बाबा नहीं गा मैं उदा ही बूटी लैन आया इतो ਸਲਾਦ ਬਹੁਤੀ ਤਿਆਰ ਕਰ ਇਹ ਗਰਮ ਸੌਦੇ ਖਾ ਖਾ ਕੇ ਮੇਰੇ ਨਾਲ ਹੀ ਵਿਗੜੀ ਜਾਣ ਡਈ ਆ
ਉਧਰ ਠੰਡੀਆਂ ਛਾਵਾਂ ਖਵਾ ਇਹਨੂੰ ਇੱਥੇ ਠਹਿਰਾਓ ਨਹੀਂ ਨਹੀਂ ਪਤਾ ਮੈਨੂੰ ਨਹੀਂ ਪਤਾ ਇੱਕ ਬੰਦਾ ਲੱਭ ਕੇ ਦੇ ਆ ਪੁੱਤਰ ਬੂਆ ਲਾ ਦੇ ਬਾਬਾ ਜੀ ਚਲੋ ਦਰਬਾਰ ਤੇ ਇਕੱਠੇ ਤੇ ਰਹੀਦਾ ਹੀ ਆ ਲੱਖ ਲਾਣਾ ਤੇਰੇ ਤੇ ਆ ਮੂੰਹ ਤੇ ਚੱਦਰ ਲੈ ਜਾਣਾ ਕੰਜਰਾ ਮੈਂ ਰਾਤ ਨੂੰ ਬੰਨ ਕੇ ਸੌਣਾ ਹੁੰਨਾ ਉੱਠ ਕੇ ਬਾਈ ਉੱਠ चंगा रिश्ता लभ लैन दे तू मेरी गद्दी गुद्दी की तबाही लवा देनी है सारी माड़ा जी अपने आप ते कंट्रोल कर जिनी देर ब्याह नहीं ना हुंदा चिरागां दा तेल लै ला उधर रख दे पुत्ते आए गए वास्ते रखिया अगले कुछ देख लाइक कर दे बाबा नहीं आना पले ला ला पहला गाना ही बाबे दी बच्ची दा कराता भाई असी आस्ताना डेढ़ घंटा होर चलाना पा असी किदा चला लांगे असी मैं क्या बाबा जी इत्थे धमाल पै जाए जरा गरम हो जाए ओ तो धमाल दे नाल ढोल नाल धमाल हुंदी आ पुत्तरा केड़ी धमाल पा गई आ कुड़ी भरपूर हो भी गर्म हो जा डंडी हो चमचा सा जरूर हो आ जा बकरी आ जा सामने वड्डी गल करनी आ जिहड़ी मैं गल पुछा ओनू ओहदा जवाब देना ताकि अगर कोई धोरमे फड़िए पैसे फड़िए छबल्टू फड़िए फराड कर रहा हां बाबा हां ते जे आपा फड़े गए आपा नहीं फड़े जांदे आपा अजे तक फड़े गए हैं ना तू किसे दसना वा मैं कि दसा हां मेरा तो सरिया मैं कल दसा बगैरती फिर शुरू बगैर मैं तो माड़ी जी इजाजत देवे ना मैं दो मिनट च तेरिया मेंगणा चौड़िया कर मेरी बकरी है प्यार तनखा
थोड़ी थोड़ी कोई नी बाबा ओ कोई अपनी करम आज दसो बाबा बाबा जी अपनी को करमात दसा फिर मैं बकरी बनना करमात पुत बड़िया बड़िया करमात की केड़िया बाबा असि कोई एक करमात की होवे तो सानू याद होवे सिर्फ एक ही जा नालो ना डिलीट करी जाई दिया पुत्र आहो पुत्र एमी लोड पैन डया हुंदा इना बाबा कोई एक का नहीं दा घाटा पुत अपना फिर इनी अपनी पढ़ाई नहीं हुंदी अच्छा हां बाबा फिर एक ऐसी करमात दस बल्कि एक करमात ऐसी मेनू दे हां कि मैं जदो अपने घरों निकलवा हां ते तेरे वाल बढ़ जा ना ना पुत्र तू मेरे घर जरूर बढ़ना हां इना तू सबर करेगा हां तू घर बैठा रही हाँ। मैं तेरे घर आऊंगा तू मेरे काम ता मेरे नाल ही आना बकरी ये चल दे बाबा एक काम मैंने एक गल दा यकीन आ की हाँ, इस बकरी जो जेड़ा छलारू होना ना हां ओदे नैनक सिर ते भी जाने हैं बाबा तो लग है एक बड़ी बड़ी बाबा बदतमीजी हुंदी मेरे ना बाबा की 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 बाबा जब मैं रात नु सीधा सोना हां ते जब सवेरे उठदा पुठा उठदा तू खाब च दिहाड़ी लाना वो तो हुणे तेरे से मंत्र करांगे मंत्र कर देंगे तू जरा रात नु सोना सीधा वा ना सोएगा पुठा उठेगा सीधा तेरा मंत्र बाबा कोई एक करमात ऐसी दस फिर मैं बकरी बनना वा मैं तो बकरी आ पई हो ना ना पुत पाला पाला करमात दस फिर मैं ओ ठंडे हाथ आ सारे कोई गल नहीं बड़िया दवावा कीतिया बड़िया चदरा चढ़ाया मेरी मन्नत पूरी नहीं हुई अच्छा जी मैं पुत्र मन्नत की है फिर कहिंदा बाबा जी चांद राता मेरा को दर्जी सूट नहीं फड़न दिया नहीं सीना बस मैं पुत्र मैं तू जब दर्जी है ना प्यो का पोता पैरां दी मिट्टी नहीं छड़नी पुत्र फिर इत्थे ही खलो फिर मैं किसी होर दर्जी को पूछ के आऊंगा बाबा बगैर दिया बाबा मैंने दस लोग आने नहीं बाबा जिन्हें चिराग आना तेरा मरीज ते नहीं हां कोई नहीं पुत मेरा काम चिरागा का वा ये मेरा फटा चले भावे ना चले चिराग मेरे 270 रुपये दर्जन विकी जाते चिराग भी करेगा बत्तियां भी कुछ दिंदा हां बत्तियां भी पुत बत्तियां लैदा चल बकरी है इधर की अब हो जा मरीदा दे आउण दा टाइम मेरी है बकरी है इंजी रहना बाबा इंदा ही रहना पुत्र जेड़ा भी मरीद आवे ओदे सामने पूरी बकरी बन के अगले परफॉर्मेंस देनी है मैं वाह 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 जिंदी रह जिंदी रह नहीं जिंदी रह नहीं जिंदी रह बाबा पुत्र थोड़ी जी मेहनत कर ला पुत्र आ सारी पीरी फकीरी मैं दे जानी है तेनू अच्छा जी हां बेफिक्र हो जा मेरा जिन कितने चला गया बाबा जी जिन दा ते पता नहीं आ जेड़ी बकरी आ आहो जाडी इजाजत होवे ते इनू भरजाई कह लिया करिए काम जाडे हो जाई आ जी जी जे तेन मेरा इन्ना ख्याल आ हां जी बाबा जी असि बकरी नु नहीं छेड़दे मेरे वास्ते एक होर रिश्ता देख ला बाबा जिन किथे आ जिन आ जांदा बच्चिया मेरे आ जिन्ना किथे ला गया जिन्ना जिन्ना जिन कढ़ने वास्ते गया मरीदा माड़ा मूंह परे रखिया कर तेनू नहीं पता मैं तेरे तो सची मुची डर जाना ये तेरे नैन नक्श इन्ना नजदीक लियाने वाले नहीं है तेरी अपनी बुढ़ी कहती है भी कम से कम 4 फुट का बेच फर्क होना चाहिए जिन्ना माड़ा जहा ख्याल कर एसओ पीस का ख्याल रख आ बीमारी करोना ना भी होंगी तू लेकर ख्याल रख ये खत्म भी हो तू इन्ने मूँह का फर्क रखना है तेरी जिंदगी बन जू पुत जो फर्क रखेगा किथे मर गया से तू है उत्थे मैं तेन क्या भी उन्होंने घर के आने लगे अपनी निशानी को देकर जा तू उन्होंने बेदल ट्रक चुक लिया
आका मैं ते समझा वे ते कोई जेवरत होएगा कोई सोना होएगा लेकिन इत निके मोटे कपड़े आ पुत सर्दिया च किसी भी सदूक नू हाथ नहीं लाना उच गर्म टोपिया जराबा ही होंदिया बाबा तू एक घर पहले भी इन्हू क्या सी निशानी दे के आई उत एक औरत नू निशानी दे के कहना इहदी बल्दी है झुण मेरा नां ना लिखाई रवट याद आ जाती मेरे जिन बाबा जिन बन जिन बन कुत्ता ना बन कुत्ता ना तू मेरा जिन ना हौसला कर जिन्ना सामने पूरा जिन बनना पुत्र जेड़ी गल पुछे ओनू ओदा जवाब देना ताकि अगर कोई धोर में लई आपां पुत्र जी धोर में आउणगे ते तेरी तनखा मैं देनी आ मैनू तनखा ना दे होर की देवा पुत्र तेनू मैनू एक जर्सी लै दे मर जी धुनी खोली जरा मैं कबीर पालवा बाबा घटो थोड़ा जा मेरे आ जिन्ने बाबा आ माड़ा जा को रंगीन जी इत काम कर तू ए लगता भी जिन सफेदी का काम छड़ के आया जवाब देना बचिया असल मूह असल पुत्र डराना बिल्ला चढ़ाया मूह समझा बी मेरे जिन्हे जो भी तेन मैं बुलावा पुत्र आ जाना चले जा अंदर चले जा अंदर चले जा पुत्र अंदर चले जा अंदर चले जा पुत्र मेन क्यों किराया दवाउन डे अंदर चले जा जुत्ती ला के गल कर बुजुर्गां रोक जुतियां मारन लग गया तू तो अजे पहला मरीज जुतियां मारन दे अजे तो मैं 300 होर चेक करना वो तो मेरी दाड़ा कट जाने बाबा जी अदब ला के मतलब मीडिया का बंदा पुत देख इन कित कैमरा तो नहीं लग्या नहीं बाबा कैमरा तो है नहीं बेच लिया पुत पेंसिल मैंने दे दे न्याणा ने तिना महीने की छुट्टिया का काम लिख डाल दे पढ़ा दी तुम तो पुत बाबिया को आया बाबा न्याणा कभी छुट्टी भी कर लेंगे बाबा जी मैं बहुत परेशान हाँ बाबा जी कित होर चले जा कित होर चले जा कित होर चले जा बाबा जी परेशानी मैं बयान नहीं कर सकता कितनी परेशानी है फिर पुत ना कर मैं तेन क्या कर तो होर बाबा देख ला जी तेरी परेशानी सुनता जा भाजा इतों पैसे पा पैसे गिनने वाला समान ना पा पुत्र कुछ होर पा कुछ होर पा अच्छा होर बाबा जी बस ₹20 पा के मेरे को की उम्मीद रख दां तू है भी तेन 20 रुपये च यूरोप का टिकट लवा दवा बाबा जी न्याज पुत ओ पा जिदे ना मेरा तेरी गल सुन दिल करे लो बाबा जी ₹50 होर 70 रुपये आ मैं तो घर जाना हो तो 80 रुपये तो रक्षे वाला लैंदा बाबा जी किन्ने पावा फिर पैसे रकम के पा बच्चिया पैसे ऐसी रकम पा विच जिदी मैं भां लैण जावां तो 2-3 दुकानां फिरनियां पैण मैनूं अच्छा जी हां ऐसी रकम लो बाबा जी मैं 100 पा 170 च की बणदा पैसे होर पा मरीदा मैं बंदियां मुरादां लैणियां पैसे होर पा पैसे 70 रुपये पाउंडिया मामा फिर कहने बाबे सही नहीं हाँ जी
जो अगला मूह 500 कह दिया केड़ी लोड़ है 200 घटाने बाबा जी 670 रुपए पाते दे विच चंगा कीता पुत्र पाते बाबा जी गल करो होता आवे बाबा जी मैं बहुत परेशान हां तुहानू मैं दस नहीं सकदा बाबा जी मैं तो दिन किन्ने परेशानी है बाबा जी इतनी परेशानी बनी पई है बाबा जी पुत्र मेनू तो नहीं लगता तू परेशान परेशानी वाली तो तेरे च कुछ है ही नहीं पुत्र परेशान बंदा दा कन्ना जे मुंह देड़ को रोंदा तैनू तो चा चढ़े पए परेशानी नहीं बाबा जी मैं मैनू कहया जे बाबा जी ने प्यार मुहब्बत ना गल करनी बाबा जो बहुते पाएगा उन्हें तो बाबे से चढ़ना नहीं बाबा जी मैं चाहना तुसी ते मैं एक हो जाइए हां पुत एक तो होए पए हां अच्छा जी हां तू ओ शामा नाल लाती है जड़ियां नहीं लगती है समझदार बंदा कभी भी नहीं नाल लाउंदा पुत्र मैं कहना बाबा जी इतनी मोहब्बत हो जाए कि साडे जो तीला भी ना लंगे हां नहीं लंगना पुत्र तीला नहीं लंगना माड़ा तेरा काम हो जाएगा तो तेरा काम हो गया तू बाबे होरा ते लेला चढ़ाणा ना मैं आप तो पहले चढ़ लवा बाबा जी बहुत परेशान हां बाबा जी लेकिन तेरी परेशानी दा ना मैनूं हौली हौली मजा आ रहा वा आ मेरी 40 साल उम्र होगी पुत मैनूं इदां दी चुम्मी मेरी किसी ने भी नहीं ली अच्छा जी बाबा जी आ बचपन तो बाद अज कितनी देर बाद मेरी किसी ने चुम्मी ली पुत अच्छा जी मेरा दिल करदा तेरे हुण बुल्ला च बुल पा लवां बाबा जी पुत्र एक गल पुछा गुस्सा तो नहीं करेगा नहीं बाबा जी आ जिन्नियां चुम्मियां लैण डिया तू इमरान हाशमी का मुंडा तो नहीं बाबा जी गल ए आ हां जी मेरे वालिद साहब जदों बाबा जी मरन लगे ना हां जी हां जी तैनू आजाद करके जाने की मर गया बाबा जी इंज कर रहे थे उन्होंने की गल सी मकसद की सी इस गल दा ऐदा करदे सी इंज बाबा जी हो सकदा कहंदे ने बाबा जी सियालकोट उंगलां दे पट्ठे काम करदे सी हां जी बाबा जी उंगली उंगल भी ऐ सी कि मड़ जी ऐ लूज सी बाबा जी पता नहीं मैं गौर ते कीता बाबा लेकिन तुसी एदां देखिया मैं इंज देखिया ए भी गल चंगी तुहाडी कि तुसी एदां देखिया हां जी बाबा मैं समझ गया बाबा जी हां जी ओ सिगर ते दो कश लाउणा चाहुंदे सी नहीं आ मोरखा मरीदा मुंह बंद कर ला अपना माफी चाह हुण साडी इत्थे बकरी आएगी बच्चिया अच्छा जी बकरी आ के तेनू दसेगी बकरी भी बाबा जी खबरदार बकरी आएगी खबरदार मरीदा बकरी साडी पर आई आ ओ बाबे ने रे आई पुत्र रुपया 500 होर पा तुसी बकरी नू बुलाओ साफ सुथरे बंदे तू तो 2 मिनट च पलीत कर जाना बाबे पुत्र बाद अगले जो मरीज आने जाली दम करने बाबा जी मैं मोहब्बत 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 ਬਲਾ ਬੱਕਰੀ ਬਾਬਾ ਇਹਨੇ ਕੰਮ ਆ ਜਾ ਆ ਜਾ ਮੇਰੀ ਇਹ ਬੱਕਰੀ ਆਏਗੀ ਪੁੱਤਰ ਉਹ ਤੈਨੂੰ ਦੱਸੇਗੀ ਕਿ ਤੇਰਾ ਪਿਓ ਮਰਨ ਤੋਂ ਪਹਿਲੇ ਜਿਹੜਾ ਆ ਇਸ਼ਾਰਾ ਕਰਕੇ ਕਿਹਾ ਮਤਲਬ ਕੀ ਸੀ ਅੱਛਾ ਜੀ ਕੀ ਸੀ ਅੱਛਾ ਜੀ ਆ ਜਾ ਆ ਜਾ ਆ ਜਾ ਯਾਰ ਲਾਈ ਵਿੱਚ ਕੜਾਈ ਜਲਵੇ ਸੇ ਭਰਪੂਰ ਹੋਵੇ ਗਰਮ ਹੋ ਜਾ ਠੰਡੀ ਹੋ ਚਮਚਾ ਸਾ ਜ਼ਰੂਰ ਆ ਜਾ ਬੱਕਰੀਏ ਆ ਜਾ ਆ ਜਾ ਆ ਜਾ ਬੱਕਰੀ ਮੈਨੂੰ ਲੱਗਦਾ ਉਲਟੀ ਕਰਕੇ ਆਊਗੀ ਬਾਬਾ ਜੀ ਬੱਕਰੀ ਆ ਜਾ ਮੇਰੀ ਇਹ ਬੱਕਰੀ ਇਹ ਕੌਣ ਭੈਣ ਨੂੰ ਸੋਣਾ बकरी जी मेरे वालिद साहब जी तो मरे ना हां जी तेन चुम्मिया अपनी मर्जी दी लै लिया हां जी बाबा जी हूं एक बकरी की मर्जी दी भी लै लिया ਲੱਖ ਤੋਂ ਲੱਖ ਤੋਂ
अगली गल पुछला सीधा कर लो फिर पुठा कर दे मरीदा मरीदा जी गल मुंडे ने कर दी गल सोच ला बकरी हो सोच ला जरा दो उंगलियां का इशारा की कहता सी गल की सी इहदा मतलब की सी मरीदा इहदा मतलब इह सी दुबारा छुट्टी लाउणा चाहुंदा सी रुपया लै लिया मेरे को 770 वकत मेनू सवाल का जवाब नहीं दे रहा जवाब मिल जाएगा पुत्र साडा जेल आएगा जवाब दियो तेरी चुम्मी वाली गरारी बहुत चलन डई पुत्र जे तू इन चुमिया लैनिया ना माड़ा जा आ पुत्र अंदरों शावर लिया के बोल किले कर दे बोल पुत मेरे फ्रेंड आए इतने बचिया हूं साडा जिन आएगा जिन आन के तेन दसेगा पुत्र तेरे प्यो ने जरा इशारा किया क्यों किया आ जा जिन्ना आ जा आ जा आ जा आ जा बाबा जी बाबा जी राजा जिन्ना 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 छड़ दे पुत्र इधर मरीदा इधर राजा इधर राजा मेनु लगता जिन ने भी 770 दिते पुत्र गल ते अमल कर ला तेरी भी जिंदगी बन जू साडी तां खराब होई है अच्छा जी बस ठीक है पुत्र ए तैनूं जो भी कहा मुंडे ने बिलकुल सच गया बाबा जी मैं वैसे हिसाब ला लिया जी पुत हिसाब की लाया साड़ा आ गए जाली बाबे कौन कहंदा जाली बाबे तुसी दो नंबर बाबे हो सिर्फ साडे वर्गे ईमान दे कच्चे लोकां नूं गुमराह करन वास्ते तुसी बाबे बने हो पुत जे अजे असल गल पुछनी है ते रब दी जात तों मंगो जिहड़ा सारयां नूं दिंदा है बेशक गल तेरी सच्ची है पुत्र मैं डर गया मैं तैनूं डरना भी चाहीदा पुत तैनूं डरना भी चाहीदा एक दो वारी डर लिया कर सारे दिन दे विच ने एक दो वारी डर लिया बाबा जेनू कुछ ना कहीं क्यों ओ सयाने ने कहंदे मुंह ना सही होवे ते बंदा गल सही करे इहने गल सही कीती ओ जिन्ना चल जिन्ना मेरे बच्चे अंदर चले जा अंदर च आओ मेरी बकरी कली उदास हो गई है आओ बकरी दा की हुआ बाबा ए जिन गैब करना बकरी नु आंदा ही ए बकरीए आ जा ते मेरा जिन मे तो परे कर दे आ जा बकरीए जे मैं इस पासे हुंदा ना इहने तेरा चेला भी गायब कर देना सी पुत्र जे जिन नूं होर तेज गैप कराउणा ते माड़ी जी दो बर्फ दी डलियां विच सुट दे कोई आ देख बाहर कौन आ गया कौन है मरीद केड़ा आया है केड़ा आया मरीद अस्सलाम वालेकुम लाला लाला 2 मिनट लाला हजे लाला 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 कोई नहीं बा बाबियां दा भी दिल लगा लाला सारे स्टेप उधर नूं करके करते उधर सानूं नजर आउंदा है एक दा स्टेप इधर नूं कर जी तो तैनूं करावां आ तमिल नहीं आने ए बाबे जी इधर नूं कैमरे च देख ले कोई गल नहीं कोई गल आखे बाबे दे बराबर बह गई बाबे दे रोजी अड्डे ते तू अपना अड्डा रख लिया चुप कर जा उठ 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 पहले गले च कुछ पा चल साडा भी गल्ला जे तू कोई पेगा कुछ नहीं हैगा तेरे कोल कुछ नहीं है नहीं बाबा जी तेरे कोल सारा कुछ हैगा तेरे कोल सारा कुछ हैगा तेरे कोल सारा कुछ ते है या तेरे को एक्स्ट्रा भी काफी कुछ है केड़ी लोड पै गई एड्डे फरिश्ते नंगे करन दी माड़ी मोटी बाबा मोटियां तो सड़ी हुई है इतने कपड़ा लवाया ही नहीं तू बाबा जी फैशन है बाबा जी फैशन हां मेनू ऐ लगदा WWF दा कोई पहलवान आया बाबा उरले के पहलवान कह रहे हो मैं हुन केड़ी शाह तैनूं दसां बल्ले बल्ले बाबा उरले पासे दरबार नूं खिच पैण लग पई हो पहलण दे पुत्त दरबार दा मुल्ला दा काम होण वाला
की चाहनी है कुड़िए की चाहनी है बाबे की तबाही चाहनी है की चाहनी है ते केड़े टाइम सौनी है ते केड़े टाइम नहाउनी है को पैसा भी कमाउनी है के नेड़े जाड़े ही पाउनी है ते केड़े टाइम धोनी है बिच कुछ बरौनी है कदी किसे दी गल ते खलोनी है नहीं बाद चो रोनी है हाँ जेड़ा लेके जावे उनु सतौनी है किसे बंदे नु अजमौनी है हाँ बाबा नु किते पीला सूट पाउंदा इशारा बन जाना सी वो तो इशारे ते रुकण वाली गड्डी है ही नहीं क्यों ये तो इशारे खराब करने वाली है आ वेखे ना बाबा तेरा इशारा लंघ जा मेरा इंतजार कर एदे इशारे ते खलो ही जांदा हर शह खलो जाती पुत्र तेन तो कहना तू अपनी अम्मी ने भी आ सूट पाया बाबा जी हाँ जी पहले मेरा बुखार ठीक करो अच्छा बुखार चढ़ गया तेनू बुखार चढ़ गया चढ़ जाता ओए बाबिया नालों बुखार चंगा जेड़ा चढ़ गया जे चढ़ गया तो कोई 250-300 दे के ही उतरेगा 250-300 का किथे रिवाज रह गया पुत्र ओए पता नहीं तू किथे भेजदा रहा समान ए 250-300 नहीं पुत्र ए तो वजन दे हिसाब नाल भी नहीं इन्ने बनते बाबा जी हाँ जी हाँ जी बल्ले 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 तेरा आस्ताना कंजरखाना बन लगा जी ਅੱਬਾ ਮਰੀਦਣੀ ਏ ਮਰੀਦਣੀ ਨੀ ਜਜ਼ੀਦਣੀ ਏ ਨੀ ਇਹਨੂੰ ਸਿੱਧੀ ਕਰਦੇ ਆ ਮੁੰਡਿਆ ਸਿੱਧੀ ਕਰਦੇ ਕੋਤੇ ਦੇ ਸ਼ੈ ਪਾ ਦੇ ਪੁੱਤਰ ਓਏ ਬਾਬਾ ਮੇਰਾ ਬਸ ਨਹੀਂ ਚੱਲਣ ਦਿਆ ਸਿੱਧੀ ਤੇ ਮੈਂ ਕਰਦੇ ਆ ਬਾਬਾ ਕਰਦੇ ਪੁੱਤ ਜਿਹੜੀ ਹਲਾਲ ਦੀ ਹੈ ਨਾ ਤੈਨੂੰ ਦਿੱਤੀ ਉਹ ਤੂੰ ਪਹਿਲੇ ਸਿੱਧੀ ਕਰ ਹਾਂਜੀ ਬਾਬਾ 100 ਰੁਪਈਆ ਉਹ ਲਗਾਇਆ ਨਾਲ ਠੀਪੇ ਹੀ ਬਾਬਾ 2 ਬਾਬਾ ਹਾਂਜੀ ਬਾਬਾ ਜੀ ਹਾਂਜੀ ਤੁਹਾਡਾ ਕਿਹੜਾ ਕੰਮ ਆ ਜਿਹੜਾ ਰੁਕਦਾ ਹੋਊਗਾ ਜੀ ਬਾਬਾ ਜੀ ਮੈਂ ਫੇਮਸ ਨਹੀਂ ਹੋ ਰਹੀ ਬਾਬਾ ਜੀ ਤੂੰ ਮੈਂ ਫੇਸਬੁੱਕ ਤੇ ਯੂਟਿਊਬ ਤੇ ਇਧਰ ਉਧਰ ਫੇਮਸ ਨਹੀਂ ਹੋ ਰਹੀ ਨਹੀਂ ਹੋ ਰਹੀ ਨਹੀਂ ਬਾਬਾ ਤੂੰ ਕਿਉਂ ਨਹੀਂ ਹੋ ਰਹੀ ਤੇਰੇ ਕੋ ਤਾਂ ਸਾਰਾ ਹੀ ਸਮਾਨ ਵਾਇਰਲ ਹੋਣ ਵਾਲਾ ਤੇਰੀ ਤਾਂ ਸ਼ਾਇਦ ਕੋਈ ਹੈ ਹੀ ਨਹੀਂ ਰੁਕਣ ਵਾਲੀ ਇਹ ਤਾਂ ਸਾਨੂੰ ਆਪਣੀ ਤਸਵੀਰ ਲਾ ਕੇ ਬੜੇ ਮੁਸ਼ਕਲ ਵਾਇਰਲ ਹੋਣਾ ਪੈਣਾ ਤੇਰੇ ਕੋ ਤਾਂ ਕੱਲੀ ਕੱਲੀ ਸ਼ਾਇਦ ਵਾਇਰਲ ਹੋਣ ਵਾਲੀ ਆ ਇਹ ਬਾਬਾ ਯੂਟਿਊਬ ਚੁਗਲਾ ਮਾਰਦੀ ਆ ਹੈ ਨਹੀਂ ਬਾਬਾ ਹਾਂ ਯੂਟਿਊਬ ਚ ਨਹੀਂ ਮਾਰਦੀ ਨਾ ਯੂਟਿਊਬ ਚ ਨਹੀਂ ਮਾਰੀਦੀਆਂ ਹੁੰਦੀਆਂ ਨਾ ਮਾਰੀ ਆ ਮੁੰਡਾ ਜਿਹੜਾ ਵਾ ਹਾਂ 50 ਰੁਪਏ ਲੈ ਕੇ ਮੈਸੇਂਜਰ ਆਪਣੀ ਚੁੰਗਲ ਮਰਵਾ ਲੈਂਦਾ ਬਾਬਾ ਜੀ ਕੀ ਚਾਹੁੰਨੀ ਹੈ ਕੁੜੀਏ ਕੀ ਚਾਹੁੰਨੀ ਮੈਂ ਫੇਮਸ ਹੋ ਜਾਵਾਂ ਫੇਮਸ ਹੋਣਾ ਚਾਹੁੰਨੀ ਹੈ ਦੁਨੀਆ ਤੇ ਨਾਂ ਬਣ ਜਵੇ ਤੇਰਾ ਲੋਕੀ ਜਾਣਨ ਲੱਗ ਜਾਣ ਵੀ ਤੈਨੂੰ ਸੋਭਿਆ ਹਾਂ ਆ ਵਾ ਆ ਵਾ ਇਹ ਬਸ ਹੋਣ ਦਾ ਇੱਕੋ ਹੀ ਤਰੀਕਾ ਵਾ ਹਾਂ ਬਾਬੇ ਹੋਰਾਂ ਦਾ ਯਾਹੂ ਹੱਜ ਫੜ ਲੈ ਮੈਂ ਨਹੀਂ ਫੜਨਾ ਬਾਬੇ ਦਾ ਬਾਬੇ ਹੋਣਾ ਦਾ ਯਾਹੂ ਇਸ ਟਾਈਮ ਤਬਾਹੂ ਬਣਿਆ ਪਿਆ अमल करना पाएगा अमल कर लेनी है किन्ने का अमल कर लेनी है बजने तुसी दसोगे अच्छा उन्हें कर लेगी मुंडिया सराहना फड़ सानू नजर अज टाइम लग जाना बाबा अमल ते निशानी ला ली पहले किन्ना करना वा बता ना की चाहनी की है तू हिट होना चाहनी है हाँ। बस ठीक है तू इस तरह कर कुड़िया कितने बजे सवेरे उठती है सुबह तो नहीं मैं शाम में उठती है बाबा सवेरे क्यों नहीं आता सवेरे कितना उठे सुबह तो सोई था बाबा सवेरे सोनी है तो इधर मतलब सारी रात जागती है तू हाँ बाबा अच्छा मैंने सुती ने जगा के आप सोन लगा तो जुलम कमाने लगा बाबा जी इस कुड़ी तो वैसे गाना आया हाँ हाँ मैंने सुती ने जगा के आप सोन लगा तो अद्धी रात को की हाथ च फड़ाने लगा है सर्दियां सर्दियां तो यूट्यूब पर वायरल नहीं हो रही नहीं हो रही अपनी गूगल यूज करके वेख जे यूट्यूब पर नहीं वायरल होने दी को लाउन वाली ट्यूब का पता कर लो नहीं बाबा जी तुसी एथो अखा क्यों नहीं हटा रहे मैनु ए दसो की करिए तुसी भी ते माड़े मोटे ता कर लो कुछ है आ तुसी बाहर पता नहीं वायरल होना के होना नहीं आ साडे अंदर तुसी मुकम्मल वायरल होए पाए दुनिया पसंद करे भावे ना करे इस टाइम तुसी साडी भैन कढ़ी पई आ ਆ ਜਿੰਨਾ ਕੋਈ ਸਾਡੇ ਨਾਲ ਲੱਗ ਗਿਆ ਨਾ ਜੇ ਅਸੀਂ ਕਿਸੇ ਹੋਰ ਕੰਮ 'ਚ ਹੁੰਦੇ ਤਾਂ ਸਾਰੀ ਜ਼ਿੰਦਗੀ ਨਹੀਂ ਸੀ ਲੱਗਣਾ ਬਾਬਾ ਅਸੀਂ ਖੁਸ਼ ਰਹੇ ਮਗਰ ਹੀ ਜਾਂਦੇ ਰਹਿਣਾ ਬਾਬਾ ਕੁੜੀ ਦਾ ਸੂਟ ਵੇਖ ਆਹ ਹਾ 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 ਸਾਈਡ ਤੋਂ ਵੇਖੀਏ ਤੇ ਕੁੜੀ ਸ਼ਗਨਾਂ ਵਾਲਾ ਸਲਾਣਾ ਲੱਗਦੀ ਓ ਆਹ ਹਾ ਤੇ ਬੱਲੇ ਬੱਲੇ ਆਵਾਜ਼ ਤੇ ਆਉਣੀ ਚਾਹੀਦੀ ਆਵਾਜ਼ ਆਉਣੀ ਚਾਹੀਦੀ ਆਵਾਜ਼ ਲੋਕ ਪਸੰਦ ਕਰਦੇ ਆ ਹਾਂ ਕਹਿੰਦੇ ਆ ਵੀ ਆਹ ਆਵਾਜ਼ ਵੀ ਆਵੇ ਆਹ ਆਵਾਜ਼ ਉਦੋਂ ਆਉਂਦੀ ਜਦੋਂ ਬੰਦਾ ਖਿੱਚ ਜਾਂਦਾ ਵਾ ਆਪਾਂ ਚੱਪਲ ਆ ਹਾਂਜੀ ਪਹਿਲੇ ਮੈਨੂੰ ਦੱਸੋ ਮੈਂ ਕਿਵੇਂ ਵਾਇਰਲ ਹੋਣਾ ਮੈਂ ਤੂੰ ਵਾਇਰਲ ਹੋ ਜਾਏਗੀ ਕੁੜੀਏ ਸਵੇਰੇ ਤੈਨੂੰ ਪੁੱਛਣ ਡਿਆ ਵੀ ਕਿੰਨੇ ਵਜੇ ਉੱਠਦੀ ਆ
ਮੈਂ ਸ਼ਾਮ ਨੂੰ 4-5 ਵਜੇ ਸ਼ਾਮ ਨੂੰ ਉੱਠਦੀ ਆ ਤੇ ਜਿਹੜਾ ਨਾਲ ਹੁੰਦਾ ਉਹ ਕਿੰਨੇ ਵਜੇ ਉੱਠਦਾ ਬਾਬਾ ਜੀ ਰਾਤ ਦੇ ਕਮਰੇ ਜਿਹੜਾ ਤੇਰੇ ਨਾਲ ਦੇ ਕਮਰੇ ਚ ਜਿਹੜੇ ਕੋ ਘਰ ਦੇ ਜੀ ਸੌਂਦੇ ਨੇ ਉਹ ਕਿੰਨੇ ਵਜੇ ਉੱਠਦੇ ਨੇ ਕੁੜੀਏ ਬਾਬਾ ਜੀ ਮੈਂ ਹੋਟਲ ਚ ਹੁੰਨੀ ਆ ਅੱਛਾ ਹੋਟਲ ਚ ਹੋਟਲ ਚ ਜਿਹੜਾ ਨਾਲ ਹੁੰਦਾ ਵਾ ਰਾਤ ਨੂੰ 6-7 ਵਾਰੀ ਉੱਠਦਾ ਵਾ ਕੋਈ ਵੀ ਨਹੀਂ ਹੁੰਦਾ ਮੁੜ ਕੇ ਉੱਠਿਆ ਨਹੀਂ ਜਾਂਦਾ ਬਾਬਾ ਜੀ ਨਾ ਪੁੱਤਰ ਨਾ ਕੱਲੀ ਪਈ ਹੁੰਨੀ ਬਾਬਾ ਜੀ ਜ਼ੁਲਮ ਨਹੀਂ ਸਰਦੀ ਦੇ ਵਿੱਚ ਕਰ ਇਹ ਤੇ ਤੇਰੀ ਆਪਣੀ ਬੇਵਕੂਫੀ ਆ ਹੈ ਸਾਰਾ ਕੁਝ ਹੋਣ ਦੇ ਬਾਵਜੂਦ ਕੱਲੀ ਸੌਣ ਡਈ ਤੂੰ ਹਾਂ ਤੈਨੂੰ ਤੇ ਚਾਹੀਦਾ ਇੱਕ ਪਾਸੇ ਹੋਟਲ ਦੀ ਪੂਰੀ ਕੰਧ ਢਾ ਦੇ ਚੱਲ ਕੁੜੀਆ ਚੱਲ ਜਾ ਕੇ ਛੁੱਟੀ ਜਾ ਬੰਦੇ ਚੁੱਕ ਚੁੱਕ ਨਹੀਂ ਪਹਿਲੇ ਮੈਂ ਪੁੱਛਣਾ ਗੇ ਸੁਣ ਤੂੰ ਇਸ ਤਰ੍ਹਾਂ ਕਰ ਗੇ ਸੁਣ ਅੰਦਰ ਚੱਲ ਅੰਦਰ ਬਾਬੇ ਦੀਆਂ ਰਜ਼ਾਈਆਂ ਧੋ ਅੰਦਰ ਜਾ ਕੇ ਬਾਬੇ ਦੀਆਂ ਰਜ਼ਾਈਆਂ ਸਾਰੀਆਂ ਧੋ ਕੇ ਬਾਹਰ ਕੰਧ ਤੇ ਧੁੱਪੇ ਪਾ ਦੇ ਹਾਂ ਹਾਂ ਕਿਉਂਕਿ ਬੋ ਬਹੁਤ ਹੁੰਦੇ ਵਿੱਚੋਂ ਹਾਂ ਹਾਂ ਮੈਂ ਕਹਿੰਦਾ ਮਰੀਦਣੀ ਹੁਣ ਚਲੇ ਜਾ ਬਾਬਾ ਕਿਉਂ ਪੂਰਾ ਦਰਬਾਰ ਨੂੰ ਅੱਗ ਲਵਾ ਕੇ ਜਾਏਂਗੀ ਬਾਬਾ ਜੇ ਚਰਾਗਾ ਦਾ ਤੇਲ ਮੈਂ ਥੋੜਾ ਖਰਾਬ ਕਰਦਾ ਤੇ ਗੁਨਾਹ ਤੇ ਨਹੀਂ ਹੋ ਕੀ ਗੱਲ ਪੁੱਤ ਪੀਣ ਲੱਗਾ ਜੇ ਤੇ ਸਹੀ ਬਾਬਾ ਬਾਹਰ ਕੌਣ ਆ ਬਾਹਰ ਦੇ ਪੁੱਤਰ ਕਿੰਨੇ ਮਰੀਦ ਆਉਣ ਦੇ ਓਏ ਹੋਏ ਬਾਬਾ ਵੱਡੀ ਗੱਡੀ ਤੇ ਮਰੀਦ ਆਇਆ ਈ ਅਗਲੀ ਗੱਡੀ ਦੀ ਬ੍ਰੇਕ ਟਾਇਰਾਂ ਦੀ ਲੱਗ ਗਈ ਤੇ ਪਿਛਲੇ ਅਜੇ ਘੁੰਮਣ ਦੇ ਈ ਬਾਬਾ ਪੁੱਤ ਕੀ ਗੱਲ ਚੜਾਈ ਤੇ ਖਲੋਤੀ ਆ ਇਹਨੇ ਸਿਰ ਨੂੰ ਕੀ ਕੀਤਾ ਮਨ ਲਾ ਬਾਬਾ ਜੀ ਦੱਸੋ ਨਾ ਕੀ ਕਮੀ ਹੈ ਮੇਰੇ ਚ ਪੁੱਤਰ ਕੀ ਹੋਇਆ ਕੀ ਹੈ ਬਾਬਾ ਜੀ ਇਧਰੋਂ ਮੈਂ ਸ਼ਾਹਰੁਖ ਖਾਨ ਹੀ ਲੱਗ ਰਿਹਾ ਇਧਰੋਂ ਵੇਖੋ ਬਾਬਾ ਜੀ ਮੈਂ ਸ਼ਾਨ ਨਹੀਂ ਲੱਗ ਰਿਹਾ ਪੁੱਤਰ ਗੱਲੇ ਚ ਜਦ ਤੱਕ ਕੁਛ ਨਾ ਪਾਇਆ ਤਾਂ ਸਾਨੂੰ ਜ਼ਹਿਰ ਹੀ ਲੱਗਣਾ ਵਾ ਓਏ ਤੂੰ ਮੇਰਾ ਸਾਹ ਲੱਗ ਰਿਹਾ ਆਹੋ ਜੇ ਉਹ ਕਹਿ ਰਿਹਾ ਤਾਂ ਸਹੀ ਆ ਕੋਈ ਨਹੀਂ ਕੋਈ ਹਾਂਜੀ ਆ ਵੇਖੋ ਕਿੰਨੇ ਪੈਸੇ ਪਾਏ ਪੁੱਤ ਬਾਬਾ ਜੀ 40,000 ਰੁਪਇਆ ਮਾਸ਼ਾਅੱਲਾ ਆ ਜਾ ਪੁੱਤ ਆ ਜਾ ਮੇਰੇ ਕੋਲ ਮੇਰੇ ਆ ਬੱਚਿਆ ਪਹਿਲਾ ਗਾਹਕ 40 ਵਾਲਾ ਆਇਆ ਜਿਹੜੀ ਮਧੂਰੀ ਹੈ ਇਹਦੀ ਮੇਰੀ ਕਿਉਂ ਦੂਰੀ ਹੈ ਬਾਬਾ ਜੀ ਜਿਹੜੀ ਸੁਸ਼ਮਿਤਾ ਸਹਿਨ ਹੈ ਇਹ ਤੁਹਾਡੀ ਭੈਣ ਹੈ ਬਾਬਾ ਜੀ ਕੀ ਕਮੀ ਹੈ ਮੇਰੇ ਬਾਬਾ ਜੀ ਜਿਹੜਾ ਅਮਿਤਾਬ ਹੈ ਹਾਂਜੀ ਹਾਂਜੀ ਇਹਦੇ ਨਾਲ ਤੁਹਾਡੀ ਭੈਣ ਖਰਾਬ ਹੈ ਕੀ ਕਮੀ ਹੈ ਬਾਬਾ ਮੇਰੇ ਚ ਬਾਬਾ ਦੱਸ ਮੈਨੂੰ ਬਾਬਾ ਜਿਹੜਾ ਸ਼ਾਹਦ ਫਰੀਦੀ ਆ ਹਾਂਜੀ ਇਹਨੇ ਤੁਹਾਡੀ ਭੈਣ ਖਰੀਦੀ ਆ ਗਲਤ ਅਫਵਾਹਾਂ ਬੱਚਿਆ ਤੈਨੂੰ ਗਲਤ ਅਫਵਾਹਾਂ ਨੇ ਮੈਂ ਗਲਤ ਕਦੋਂ ਪੁੱਤਰ ਸਾਰੇ ਸੁਪਰ ਸਟਾਰ ਸਾਡੇ ਘਰ ਵੜੀ ਜਾਣ ਡਿਆ ਨਹੀਂ ਨਹੀਂ ਬੱਚਿਆ ਇਹੋ ਜੀ ਕੋਈ ਗੱਲ ਨਹੀਂ ਅਸਲ ਗੱਲ ਹੋਰ ਹੈ ਬੱਚਿਆ ਕੀ ਬੱਚਿਆ ਨੂੰ ਦੱਸ ਜਿਹੜਾ ਮਹਿਮੂਦ ਖਾਨ ਚੱਕ ਸਹੀ ਹੈ ਸਿਰਫ ਉਹਨੇ ਬਾਬੇ ਦੀ ਭੈਣ 3 ਵਾਰੀ ਬਾਬਾ ਜੀ ਕੀ ਸਲਾਹ ਲਈ ਉਹਦੇ ਕੋਲੋਂ ਸਲਾਹ ਲਈ ਹੈ ਬੱਚਿਆ ਬਾਬਾ ਜੀ ਜਿਹੜਾ ਰਾਣਾ ਟੁੰਗਾ ਤੁਹਾਡੀ ਭੈਣ ਦਾ ਉਹ ਚ ਇੱਕ ਮੁੰਡਾ ਹੈ ਜਿਹੜਾ ਮਨਸੂਰ ਮਲੰਗੀ ਹੈ ਇਹਨੇ ਬਾਬਾ ਜੀ ਤੁਹਾਡੀ ਭੈਣ ਟੰਗੀ ਹੈ ਪੁੱਤਰਾ ਜਿਹੜਾ ਸੁਲਤਾਨ ਰਾਈ ਆ ਹਾਂ ਇਹਨੇ ਕਹਿੰਦਾ ਤੇਰੀ ਭੈਣ ਬੜੀ ਵਾਈ ਆ ਜੇ 40,000 ਰੁਪਇਆ ਪਾ ਕੇ ਸਾਡਾ ਸਾਰਾ ਖਾਨਦਾਨ ਗੰਦਾ ਕਰਤਾ ਬਾਬਾ ਬੇ ਹੀਰੋ ਪੱਲਾ ਬਾਬਾ ਬੇ ਹੀਰੋ ਤੂੰ ਪੁੱਤ ਤੂੰ ਕਿੱਦਾਂ ਬਣਨਾ ਸਿਰ ਤੇ ਦੇਖ ਕੇ ਮਲਾਲ ਕੀਤਾ ਲੱਗਦਾ ਕਿਸੇ ਛਿਲੇ ਵਾਲੀ ਔਰਤ ਨੂੰ ਟਕਰਾ ਮਾਰ ਕੇ ਆਇਆ ਬਾਬਾ ਜੀ ਹਾਂਜੀ ਆ ਵੇਖੋ 30,000 ਰੁਪਇਆ ਲਿਆ ਤੁਹਾਡੇ ਬੰਦੇ ਨੇ 40 ਵਿੱਚ ਪਾਤਾ 30 ਤੂੰ ਲੈ ਲਿਆ ਬਾਬਾ ਜੀ ਗੱਲ 70 ਚ ਹੋਈ ਸੀ ਮੈਂ ਕਿਹਾ 70,000 ਦੀ ਆਉਂਦੀ ਬਾਬਾ ਜੀ ਮੈਂ ਬੰਦੇ ਵੀ ਨਹੀਂ ਭੈਣਾ ਬਾਵਾਂ ਨੂੰ ਗੱਲਾਂ ਕਰਨ ਡਿਆ ਉਹਨੂੰ 70 ਦਿੱਤਾ ਬਾਬਾ ਜੀ ਇਹਨੇ ਮੇਰੇ ਕੋਲ ਲਿਆ 30,000 ਰੁਪਇਆ ਇਹਨੇ ਕਿਹਾ ਬਾਬਾ ਜੀ ਤੈਨੂੰ 10 ਮਿੰਟ ਦੇ ਵਿੱਚ ਵਿੱਚ ਹੀਰੋ ਬਣਾਉਣਗੇ 10 ਮਿੰਟਾਂ 'ਚ ਬਾਬਾ ਜੀ ਪਤਾ ਕੀ ਗੱਲ ਬਾਬਾ ਜੀ ਪੁੱਤਰ ਮੇਰੇ ਕੋਲ ਨਾ ਡਾਇਲਾਗ ਯਾਦ ਨਹੀਂ ਹੁੰਦੇ ਬਾਬਾ ਜੀ ਮੈਨੂੰ 10 ਮਿੰਟ 'ਚ ਤੁਸੀਂ ਹੀਰੋ ਬਣਾਓ ਤੇ 10 ਮਿੰਟ 'ਚ ਪੁੱਤ ਤੈਨੂੰ ਕਿੱਦਾਂ ਬਣਾ ਦਈਏ ਬਾਬਾ ਜੀ ਉਹਨੇ ਮੇਰੇ ਕੋਲ 70,000 ਰੁਪਇਆ ਲਿਆ
ਉਹ ਮੱਕੂ ਵਾਲੇ ਵੀ ਇੰਜ ਹੀ ਹੋਇਆ ਸੀ। ਅੱਛਾ, ਇੱਕ ਬਾਬੇ ਨੇ ਕਿਹਾ ਮੈਂ ਤੈਨੂੰ ਦੋ ਦਿਨ 'ਚ ਹੀਰੋ ਬਣਾ ਦੂੰਗਾ, ਫਿਰ ਉਹਨੇ ਨਹੀਂ ਬਣਾਇਆ, ਫਿਰ ਮੈਂ ਉਹਨੂੰ ਬਾਬਾ ਜੀ ਗੋਲੀ ਮਾਰਤੀ। हीरो बनना एग्रीमेंट होया मेरा, 30,000 रुपया लिया मक्कू वाले, कहिंदा सी दो दिन च बनेगा हीरो, मैं उन्हें गोली मारती। बाबा मैनू डायलॉग नहीं याद होंगे, बाबा मैं दो दिन च हीरो ना बनिया, बल्कि तू मैनू 10 मिनटां च हीरो बनाना। बाबा उन्हें पैसे ले आ मेरे कोलों। पुत्तर तेरे को तीखा हैगा? बाबा एक मिनट, बाबा ओए बाबा यही है ना, यही है ना बाबा, अल्लाह की कसम यही है बाबा, मैं 10 मिनट च हीरो बनना ही, मैं डायलॉग याद होने चाहिए। पुत्तर तो तीखा लैके ना, तू अपने पैसे कट ला गले, चाली अपना वापस कट ला, 30 जिन्हें तेन दिता वा ना उन्हें क्या मैं बना दे। बाबा मैं हीरो बना, तो मैं कि बना, मैं डायलॉग नहीं याद होंगे, उन्होंने दस तरह सौखा जहा डायलॉग दे रहे हैं, 70,000 रुपया उदा कभी वेखे तू तो जी शायद ना लैके आया, ये भी नहीं मैं कभी देखी। वो जो सुख गया वो खाला सुख जीवे मुड़ के भी मैं बाबे की गोली चढ़ाऊंगी। हीरो बना बना दें भाई, बना दें। बाबा तू सौखा जहा डायलॉग दे, तू मेरे हो ऐदा कर जान। पुत्र कर सुन, हाँ तेन एक डायलॉग दस दें, जो तू बोलिया ना तो तू हीरो आ जाना वा पुत्र। अच्छा हाँ, वह सौखा ही डायलॉग है, तू जाके कहना वा तुम मेरे हो, बस गल पुत्र कह दे, तो फिर की होगा? फिर पुत्र तू हीरो आ जाएगा। मेरे जहन च कोई कहना की है? तुम मेरे हो बस। हाँ इतों आ जा, हाँ इतों आ जा पुत्र, भूल गया की कहना। तुम यानी कि मैं मेरे हाँ हो, आ तेरे लो भैया पुत्र, इंज भी करना ऐसा कह ले, कह तेरे हो याद आजूगा, तुम मेरे हो आ गल कह ले पुत्र, ते जाके अपनी फिल्म बना ला। बाबा आ आ कितने कमाना वा आ वाला जरा, हो तुम मेरे हो। ओके और नूरी, नूरी कहना बिच, नूरी कहना बिच, पुत्र तू आप जो फिल्म बना उड़े तो उतो तू बनी बनाई को ले ला। बाबा ये की कहना मनु, मेरे बच्चा मैं तेनू कह देता वा तुम मेरे हो, आ कह देगा तेरी भी जान छोड़ जू मेरी भी छोड़ जू। नहीं ते हाथ कितने कमाना, हाथ जरा कमा रहे पुत्र, तू रहने दे कमा, तू सादा गला पहला डायलॉग ने तू बोलन दिया, फिल्म तो 1.5-2 घंटे की होंगी, बाकी फिल्म कि करोगे? अच्छा की कहना एक बार दस दे, तुम मेरे हो बस, आ पुत कहना वा। बाबा कोई सांझा डायलॉग दस, तो एतो सौखा कोई भी नहीं है पूरी फिल्म दे विच, एतो सौखा डायलॉग है ही नहीं। अच्छा तुम हाँ मेरे हो, तू मैनू कितने लिख के दे दे, मैं ना तो मैं याद कर लूंगा। मैं पुत्र तेन दसन डे, तेरे फिर नहीं समझ आन डे, तुम अगे अगे की सी पुत्र, तू मेनू गोली मार, तू मेनू गोली मार पुत्र, तू आया ही मेनू मारा ना। और तेरे को तेन लफज नहीं कह जाते मेरे बच्चा, तू मेनू गोली मार, नहीं मारते गोली, पिछे लगिया वो नहीं लगनी है पुत्र, धुंदा दिन कढ़ने ही पैने। पुत्र चंगे भले प्रोड्यूसर परेशान होए पए, डायलॉग औखा वा, हां सौखा डायलॉग, आओ बाबा ਤੇਰੇ ਤੇ ਲਾਨਤ ਬਸ। ਆਹ ਮੈਂ ਕਹਿ ਦੇਣਾ
ਬਾਬਾ ਤੇ ਤਲਾਨ ਇਦਾਂ ਹੀ ਕਹਿ ਤੂੰ ਮੇਰੇ ਹੋ ਨਹੀਂ ਇਹਨੂੰ ਕਹਿ ਇਹਨੂੰ ਪੁੱਤ ਇਹ ਨਾ ਸਮਝਾ ਤੂੰ ਮੇਰੇ ਹੋਣਾ ਇਹਨੂੰ ਕਹਿ ਕਿਤੇ ਹੋਰ ਚਲੇ ਜਾ ਬਸ ਆਹ ਕਹਿ ਦੇ ਕਹਿੰਦੇ ਪੁੱਤ ਤੇਰੀ ਮੰਨਣ ਡਿਆ ਓ ਬਾਬਾ ਨਹੀਂ ਮੈਂ ਕਹਿੰਦਾ ਮੈਨੂੰ ਹਿਰਮਣਾ ਮਿਲਣ ਆ ਆਏ ਪੁੱਤ ਹਿਰਮਣਾ ਅੰਜਮਨ ਮੈਨੂੰ ਮਿਲੇ ਅੰਜਮਨ ਮਾਂ ਨੂਰ ਮੈਨੂੰ ਮਿਲੇ ਅੰਜਮਨ ਰੀਬਾ ਮੈਨੂੰ ਮਿਲੇ ਪੁੱਤ ਤੂੰ 40,000 ਰੁਪਇਆ ਪਾਇਆ ਅੰਜਮਨ ਤੈਨੂੰ ਮਿਲਣੀ ਚਾਹੀਦੀ ਆ ਅੰਜਮਨ ਬੁਲਾਏਗਾ ਅੰਜਮਨ ਬੁਲਾਵਾਂਗੇ ਪੁੱਤਰ ਇੱਥੇ ਸੱਦਾਂਗੇ ਤੇਰੇ ਕੋਲ ਅੰਜਮਨ ਉੱਤੇ ਤਾਂ ਨਹੀਂ ਪੈਸੇ ਲੈਗਾ ਨਾ 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 ਪੁੱਤਰ 40 ਹੀ ਕੰਮ ਹੋ ਜਾਣਾ ਤੇਰਾ ਆਹਾ ਹੁਣ ਆ ਜਾਏਗੀ ਅੰਜਮਨ ਅੰਜਮਨ ਕਿੱਥੇ ਚਲੀ ਗਈ ਆ ਅੰਜਮਨ ਆ ਜਾ ਆ ਜਾ ਮਰੀਦਾ 40,000 ਰੁਪਇਆ ਭਰਿਆ ਕਹੀ ਜਾਣ ਤੂੰ ਮੇਰੇ ਹੋ ਤੇ ਤੂੰ ਇਹਦੀ ਕੋਈ ਗੱਲ ਮੰਨਣੀ ਨੀ ਅੱਛਾ
मान ला तेरी मेहरबानी, बस सिर्फ जनवरी फरवरी कटा दे। लोगों ने मुंह काले हो गए, तेरा लाल हो गया। वे अलग, मैं तुमसे प्यार करता हूँ, तुम मेरे हो। अच्छा, गॉड ब्लेस यू। क्या हो रहा है तुम्हें? आई लव यू, आई एम योर लवर, यू आर माई सिस्टर। वाह दरबार आ, जेदे विच मर्दाना धमाल है ही नहीं। मर्दाना धमाल ते मना। बाबा जी उधर दुकानदारी अगे कर, अगे कर हालातों के नाल सारिया गल्लां। बाबा जी पुत्र मरीज किदा? बाबा जी 40,000 वाला एको ही ठीक आया, जेड़ा सामने लड़ता गया। बस वही बहुत आ पुत्र, मैं तो कहना दरबार बंद कर दिए। 40,000 बहुत हुंदा पुत्र ओए, लालच नूं पै जांगे एवें घताउण ला जू साडी। हफ्ता कु वेले ने होर नहीं ते दरबार कि। बाबा जी सिद्धा हो जा पुत्र। देखो सलाम करने का मकसद ये होता कि बेटैमी भैन नहीं देने। भाजी वेली होंगी आ जाती, पता नहीं तेन। बाबा जी जाना कित्थे? बाबा जी मारे गए, लुटे गए, बड़े बुरे हालात हो गए। चुप करके कितने होर चले जा पुत्र। बड़ा तुहाडा नाम सुन के आए आ। ये तेरी बेवकूफी किसे कोलो सुन के आया पुत्र? अपने दिल दी मान, दिल की कहन डया तेरा? बाबा जी हालात कुछ ऐसे हो गए आ। गल्ला नहीं दिसण दे, साडे भी हालात ऐसे ही आ। गले च कुछ पाओ। वो तो नजराना जेड़ा रुखत पा लेंगा, तो तेरी गौर नाल गल सुन लांगे। बाबा जी गले च कुछ पा आया? हां जी हां जी। की करन दे आवा भाजी? वड्डा नोट आ बकाया का प्लान दे आ पुत्र, गौर नाल देख किड्डा क वड्डा नोट पाता, सारा ही बकाया लै गया। आ बकाया रह की गया वा? ओ जी पुत्र, सवारी बैठी नी। बाबा जी सर्दियां सारियां बीत गईयां। पुत्र बाबे नाल कोई भैण ब्याहुण दा इरादा तेरा? नहीं जी। ते एडा जुड़ के बहन की केड़ी लोड़ सी? बड़ा फ्री होया बाबे वाल आया कि अपने जवाई घर आया? उठ गुस्ताख, उठ बाबे दे नालों परे हो जा, उठ परे हो जा, दो सवारियां दा चलान हो जांदा। ओ अन्नी जा बाबा सड़िया आया, भी छाले आ उन्हूं निकले भी जेड़े फेसी जाने आ। आ जा आ जा मरीदा, बह जा बह जा बह जा पुत्र बह जा। बाबा जी सर्दियां सारियां गुजर गईयां, हां काम हुण ओ नहीं रहे हैगे। पुत्र तू सारा दिन घुटता भी रहना, मैनूं भी सुकून नहीं हुंदा। ऐस तुंदा दे विच बाबा जी इन्ना काम हुंदा सी, इन्ना काम हुंदा सी। हां जी जितों सर्दी पैनी है ना, हां लोकां ने मशवी नूं लभदिया फिरना। हां पुत्र हुण नहीं सवारी निकलदी रात नूं। बाबा जी कोशिश करो कि उन्नी क भैन दिओ जिन्नी डायरेक्टर ने कहा आ। एक्स्ट्रा भैन दिंदे चंगे नहीं लगदे, चिट्टे तुहाडे वाल आ। डायरेक्टर ने कहा सी बंदे हसणे चाहीदे, इहदी सची मुची भी कढ़नी पई, कढ लिओ। ते बाबा जी गल है गई ए के 9 बच्चियां आ। माशाल्लाह माशाल्लाह। जिन्हां विचों 3 लगियां आ, बाकी 5 फारग आ, जिवें शरीकां ने तवीत नहीं कर दिते। ਤੁਹਾਨੂੰ ਇਹ ਯਾਦ ਆ ਕਿ ਤੁਸੀਂ ਆਏ ਕਿੱਥੇ ਹੋ? ਆ ਜਿਹੜੇ ਹਰੇ ਹਰੇ ਜੇ ਸੀ, ਆ ਚੋਲੇ ਜੇ ਪਾਏ ਆ, ਉਹ ਗੱਲਾਂ ਨਜ਼ਰਾਨੇ ਵਾਲਾ ਪਿਆ ਪੁੱਤਰ, ਉਹ ਚਿਰਾਗ ਪਏ ਆ, ਇਹਦਾ ਮਕਸਦ ਆ ਕੋਈ? ਮੈਂ ਫੀਜਾ ਦਾ ਡੇਰਾ ਛੱਡ ਕੇ ਤੁਹਾਡੇ ਡੇਰੇ ਤੇ ਆਇਆ ਬਾਬਾ ਜੀ।
उधर जाके बाहर देखिए साडा को फ्लैक्स तो नहीं बदल गया बाहर वो तो गौर कर पुत्र बंदे केड़े आंदा है बाबा जी ये दिनों के बिच माना इंज हुंदा सी भी कोई इधरों फोन आ जाना समझ ली कोई इधरों फोन हूं तो पता नहीं की गल आ बाबा जी जे नौ बच्चियां तो चार काम ते गईयां चार फारग आ नौ बच्चियां पुत चार काम ते गईयां चार फारग आ एक नू बच्ची नहीं समझदा तू दो बच्चियां ऐसियां आ जिन्हां जिन्हां ते ना कारा होया आ अच्छा शरीका ने उन्हां दी खब्बी साइड बंद दित्ती आ किन्नी क बन्नी आ पुत्र माड़ी मोटी भी नहीं हिलदी मैं कहना फड़ के तमाशा भी लत चुकदे आ सारे अगले दा मूड हुंदा सी ते मिंट लाउणा कुड़ी ने हुण ते ओह आप चुक चुक पागल होए आ पुत्र मेरा पता करा ला पक्का मैं बापा ही आ के छीदा नंग पै रही वा इस करके बाबा जी शरीका नू ओना अग लग गई आ जेरी वह दोना बचिया बाबा जी फोन सुन लो वा हां सुनो जी बंदा जिंदा होवे तो फोन आंदे आ जरूरी आ फोन बाबा जी सुनो जी सुनो सुनो आज बाना ये जो बारग नहीं होया इन्हें खाता की या अच्छा तकी दो आई है बेटा एक कैप्सूल मैंने भी ले रही रात को तेरी भरजाई ने दा मार दी है बन ली दी होंदियां हां जी हां जी हां जी चल ठीक है मेहनत मार सलवार पा के बाबे ने डेरे ते आ ये तो को पैसे पुत वध लै क्यों ये बंदा कंजर टाइप आ ते मैं पहला डांस करना बच्चियां ने बाबा जी अच्छा तमाशबीना दे मुंह च झग हो जानी अच्छा एडा स्टेप मारने जा मैं कहना भी जिन्होंने चदरा लईयां विच ही नेटवर्क बिजी हो जांदा हुंदा सी महारारे लगे हुंदे सी हुण जदों बच्ची डांस करदी है ना कोई साई वालों भी आया ते तो ओह भी इहना चुप ही बैठा हुंदा मैं चाहुंदा सी कि करंट आ जावे बाबा जी फोन जरा सुन लवां फोन सुनो तुहाडा तो फोन सुनण वाला जी हेलो हाँ आसिया क्या हो या मामा लगता है ना ना तू सानू करवाना है मेरे ना गल हो ही नहीं है भी कौन तेन हजार बच दिता चल पेस्ट करने कुछ नहीं हुंदा ਉਤਰੇ ਕੰਮ ਕੰਜਰ ਤੋਂ ਵੀ ਅੱਗੇ ਨੰਗਿਆ ਤੇ ਮੈਂ ਚਾਹੁੰਦਾ ਬਾਬਾ ਜੀ ਕੋਈ ਐਸਾ ਤਵੀਜ਼ ਦਿਓ ਕੀ ਅਸਰ ਕਰਨਾ ਭਾਈਆਂ ਕਿ ਬੱਚੀਆਂ ਦਾ ਕੰਮ ਜਿਹੜਾ ਇਹਦਾ ਤੜਾ ਤੜ ਖੁੱਲ ਜਾਵੇ ਮੈਂ ਤੁਹਾਨੂੰ ਦੇ ਤਾਂ ਦਵਾਂ ਉਹਦੇ ਵਾਸਤੇ ਤੁਹਾਨੂੰ ਸਾਫ਼ ਸੁਥਰੀ ਜਗ੍ਹਾ 'ਤੇ ਰੱਖਣਾ ਪੈਣਾ ਤੁਹਾਡੇ ਘਰ 'ਚ ਕਿੱਥੇ ਆ ਬੜੇ ਹਾਲਾਤ ਖਰਾਬ ਆ ਬਾਬਾ ਜੀ ਪੁੱਤਰ ਤੂੰ ਜਿੱਥੇ ਆਉਣਾ ਸੀ ਪਹੁੰਚਣਾ ਸੀ ਤੂੰ ਪਹੁੰਚ ਗਿਆ ਪੁੱਤਰ ਓਏ ਉਹ ਤੂੰ ਹੁਣ ਚਾਹਨਾ ਕੀ ਆ ਮੈਨੂੰ ਦੇ ਦੱਸ ਗੱਡੀਆਂ ਲੈਣੀਆਂ ਚਾਹਨਾ ਵੱਡੀਆਂ ਹਾਂਜੀ ਬਾਬਾ ਜੀ ਦੂਜੇ ਮੁਲਖਾਂ 'ਚ ਗੇੜੇ ਲਾਉਣਾ ਚਾਹਨਾ ਹਾਏ 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 ਕੋਠੀਆਂ ਬੰਗਲੇ ਲੈਣਾ ਚਾਹਨਾ ਅਮਰੀਕਾ ਖੈਰ ਹੋ ਜੇ ਬਾਬਾ ਜੀ ਤੁਸੀਂ ਬੱਚੀਆਂ ਨੂੰ ਕੰਮ ਕਰਾਓ ਆਪਾਂ ਮਹੀਨੇ ਬਾਅਦ ਸਾਫ਼ ਕਰ ਲਿਆ ਕਰਾਂਗੇ ਅਮਰੀਕਾ चंगी जगह ते आ गया मैं पुत्र अंदरों ना मेरा चोला अंदर रखा दे ते अंदर मेरी पेंट शर्ट कट के लैके आ पुत काम ये कम वाला नहीं बाबा जी आ गले दी थां टिशू वाला डब्बा रख दे के बनैल दी भैन कढ़न गई बाबा जी मैं चाहना आ ਫੋਨ ਆ ਗਿਆ ਹੈਲੋ
बबली कौन ना पिता है ने? ए मामा लगता है कहता मुंदी होता हाँ चल हो जा आ मेंट मार की कहता चल सलवार तो अली बात कुछ नहीं बाबा जी अजय भी मैं बाबा ही तू मरीदा ये सावला भी जे तेनू मैं कुछ कहता तेरी गल सची होगी मैं तो गंदा हो गया ना सारे पास बाबा जी बच्चियां जड़ियां ना कह रहे का बाबा जी फोन सुन लो ना पुत तू नहीं सुनना फोन तेरे फोन सुन दे तेन तू अगले चौक चाहता ही नहीं हो नहीं 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 बाबा जी का मुंडा हैगा एक दिहाड़ी वड्डी आ पुत्र एड्डी वड्डी नूं की करना बाद च तुरे ने जा बाबा जी आ बच्ची आ एदे उत्ते तबीत ताका होया है एदे उत्ते बाबा जी हाँ जी मेरा नाम लैला है क्या है नाम आपका लैला क्या लैला बाबा जी लैला की नाम है क्या हो गया लैला की लैला बाबा मैं तो बच्ची का नाम भी ऑफर अर्गा रखिया बाबा जी काम वे नहीं खुलने दे या की रोड़ा की या उत्तर बंदे को आफराने लाभ ला ऐसी तो पूरे पहन दिया है लाने चाहने बाबा जी नाम दसो पहले मिनट दसो नाम की आप क्या क्या हो क्या गया आपको माय नेम इज लैला लैला की लैला बाबा इन्हें मैं जो तरसाउना तरसाउना ही है पोते जरा कोर कुछ नहीं होना और जरे कोर कुछ नहीं हो ये कहता मैं तेरे तरसाउना है मुझे आजकल फोन कॉल्स नहीं आ रही हो सकता किसी ने तुहाडी फोन जिहड़ी सिम ब्लॉक कीती होवे जी जिहड़ा फोन तुहानू आउण ही नहीं डिया लोकां कोल नंबर सही है तुहाडा बाबा जी आप कैसी बात कर रहे हैं सिम कैसे बंद हो सकती है तुम्हारा मोबाइल तो 24 घंटे बजता रहना चाहिए जी ओ बाबा जी तमाश पीना दी गल्ला नहीं आउंदी आ तमाश पीना दी नहीं आउंदी आहो कोई गल नहीं तेरी कुड़ी ते किसी ने कुछ कीता पुत्र ओए ते बड़ा गहरा किसी ने कीता कुछ जदों कुछ करदा हुंदा वा उठ के ना लैने हुंने कैसी बातें कर रहे हैं बाबा जी आप पुत्र बहुत माड़ा तेरी बच्ची ते कुछ कीता की गल की एदे वास्ते अगर तू चाहना है आ तेरी बच्ची तो सख्तियां जड़ियां टल जान जी जी अल्लाह खैर करे पराने बैलन दे बाबा मरीद आए आ मरीद माशाल्लाह नवे कपड़े पा के आए किसे दे वलीमे तो ही आए आ बाबा जी देखे मेरा मसला तेरी बच्ची ते किसे ने कुछ कीता पुत्र एदे वास्ते सख्तियां बहुत कीतियां ने बच्ची तेरी ते अच्छा ओदे वास्ते कुछ अमल तेनु दसांगे पुत्र अगर करेगा उस करन तो बाद पुत्र तेरी बच्ची 24 घंटे मसरूफ रहेगी बाबा जी अमल करांगा काम खोलो अमल मैं करांगा मैनु दसो ना सही पुत्र सवेरे किन्ने बजे उठदा मैं उठ जाना 10 बजे पुत्र 8-10 बजे नहीं उठना क्यों 12 बजे उठना क्योंकि बाबा लेट उठदा अच्छा पुत्र 12 बजे उठ के तू 2 साल लारी अड्डे जाना पुत्र ओए लारी अड्डे जाके लारी अड्डे दी लैटरीना दे दरवाजे खोल के जेडे बंदे अंदर बैठे आ उन्हां नूं कहना ओए आ की करन डाया हो ये किसे किताब च लिखिया आ कुछ बुजुर्ग है के बाबा हुण जुत्तियां खाण वाली गल करन दे आया पुत्र तू ओदा कह भी तू नहीं मैं ये कहना भी आ की करदा ओ खिच के मैनूं कहेगा तां तसा की करदा
आपको बहुत कुछ हुआ, आपके ऊपर किसी ने कुछ किया हुआ है। क्या किया हुआ मुझे बताए, मैं भी कुछ करना। बकवास बंद कर लो। ऐ कुड़ी दा तुहाडा पियो आ जी, ये मेरे अब्बा जी हैं। पुत्र जे ते अपनी औलाद दी दस की है, इधर आ हुण बोलन नहीं दिया, इत्थे ही रुकया। जे ते अपनी औलाद दी खुशी पुत्र चाहना, ओदे वास्ते तेन मेहनत करनी पऊगी। बाबा जी मेहनत पूरी करनी है। चल तू नहीं 2 साल दा चिल्ला कर सकदा, इक 6 महीने दा चिल्ला साडे कोल है पुत्र, अगर ओ कर लवेंगा तेरी जिंदगी बच्ची दी भी बन जू, तेरी भी बन जू। मैं कर लेना बाबा जी। पुत्र तू 4 बेवा औरतां दीआं शलवारां लै के मेरे कोल आना, उन्होंने पुत्र गर्म करके, उन्होंने मैं गर्म पानी दे विच सुट के उन्होंने चाणी बनाउणी, चाणी बना के शावर दे विच पा के उत्थे उत्थे जिथों जिथों काम बंद कीता उत्थे मैं शावर मारना टू टू। 4 बेवा औरतां दीआं शलवारां। हाँ जी, तेरी अम्मी शलवार दे देगी मैनूं, ओह पैंट पाउंदी आ। बाबा जी ओ तरक्की कर गई, मेरियां बच्चियां ने नहीं तरक्की कीती। पुत्र तैनूं 4 बेवा दा कहा, ओहदी अम्मी बेवा नहीं, ओहदी अम्मी देवा वा। अच्छा बाबा जी बताए, 4 बेवा औरतों दी सलवार कठियां कर लेंगा पुत्र। हाँ जी हाँ जी, बस ठीक है, 4 ले लिया। जे नहीं 4 दियां हुंदियां, एक दी घट भी हुंदी है तो कोई नहीं, तू लिया मैं पानी वध पा लांगा पुत्र, असीं तां तेरी बच्ची नूं सुकून पहुंचाउणा। ठीक हो गया बाबा जी। लो जी, तुहाडे ते किसे ने बहुत सख्त कीता वा। क्या किया वा मुझे बताए। मैं तुहानूं दस्सिया, आ अपना हाथ सीधा करो। ओए किन्ना हाथ तुहाडा ठंडा है ना जी, आ मेरा गर्म है ना, ये बेहजाद दी निशानी हुंदी है। बाबा जी आप दम करें, आप क्या कर रहे हैं? मैं दम ही कर रहा हूँ, मैं और क्या कर रहा हूँ, और मैं कैसा दम कर दूँ मुझे बताओ, आपके पापा खड़े हुए मैं कैसा दम कर दूँ। बाबा जी एक मिनट जरा, फोन ना सुनी पुत्र, फोन ना सुनी, ओए जरूरी है बाबा जी। पुत्र मैं मेरी गल सुना, अगे मेरे को मरीद होर बहुत होने हैं, तू तो मेरे इस कपड़े खराब करते। बाबा जी कुड़ी का काम खोलना वा। काम तुहाडा। बाबा कुड़ी का काम खोलना। बोलना पुत्र ओए। बाबा इनू आ दम कर दे। 4 दिन लगातार इहदे उत्ते कंगाल भेट के तू सिर फेरना कुड़िए। उत्ते दम वाला नहीं, ये तो कड़ाम वाला वा, इहनू परे रख दे, किते परे रख दे। हां वे एक और रखिया पिछौर जांदा, तैनूं मौत पैंदी आ। लेकिन आपको, आपके ऊपर, आपको थोड़े दिन क्या हुआ, क्या मुझे आप देखिए, मुझे बताए, मुझे कुछ समझ नहीं आ रहा। देखना बाबा जी कोई चीज ऐसी दसो भी जेड़ी है ना, आ वेखो। मैं की देखा पुत्र, मैं तो अगे पागल होया पिया, मैं तो हैरान हाँ तेरिया बच्चिया, तो तू बच्चिया भी ना दसी जाना मैनू, है तेन तो सुख का सा एक मिनट भी नहीं आना सारी जिंदगी, है पुत्र तेरी तो अद्धी जिंदगी फर्नीचर वाले कोल ही लंघ जानी, 9 बच्चिया तेरिया पुत, बच्ची तो एक अद्धी माण नहीं होंगी। नहीं बाबा जड़िया इसको बच्चिया वा ना, वो आप इदियां किस्तां लैंदी आ। लेकिन गल सुनो जी, तुसी इस तरह करो, जी, 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 अंदर साडा एक दरबार बनया है। अच्छा, उत्थे जाके तुसी हाजरी देनी है, तो मुंडिया जिन नूं परे उरे कर दे किते, जिन दे कमरे च ना चले जावे। अपना परेशान होगी तू तो हुंदी नहीं, तेन परेशानी केड़ी गल दी हुई है बाबा जी। गल ओ टेंशन दे काम दी नहीं है, काम मेरे कोल बहुत है। हां कड़म दी आ। मेरी ना नू अक्सर शिकायत है आंदी है कि मैं ना उत्ते बैठ के सही घूमती नहीं आ। यानी कि जदों तुसी डांस करते हो तो तुसी घूमदे सही नहीं। हां अच्छा अच्छा अच्छा, बच्चा तेरी बच्ची दी ना वायरिंग खराब होए आ, तेरी बच्ची दी किसी ने कमाई बन्नी आ।
अपनी बची दी लत्त दिखा मैं तेरिया बच्चा हाथ देखने वाली नी बाबा जी साडा आस्ताना सज गया जी अपनी बच्ची समझा मर जी सीधे हो जाए मैं धागा तवीत कर दंगा कुड़ी तेरे का गिटा चढ़ा है दसो आटाइल बाबा जी ये वेले रहने वाला तो नहीं है पुत्र मैं तो हैरान हाँ भी तू कि वेला फिर बच्चा कम नू समझदा ना काबला 67 दा होवे कमाई जिहड़ा बैरंग थले 47 दा होवे बल्कि असीं तेरी बच्ची नाम मधाणी दा फुल ला देंगे पुत्र ओए लोग अपना अपना दही लैके आउणगे रेड़क दे बच्ची तेरी तिणा च स्टार बना देंगे पुत्र सारी दुनिया ते ना हो जाएगा तेरी बच्ची दा जिहड़ी चलदी भी तुसी कदों साह आउण देण दा ਇਹ ਜਦੋਂ ਮੇਰਾ ਮਤਲਬ ਆ ਜਦੋਂ ਕੰਮ ਹੋਣਾ ਫਿਰ ਦੋਵੇਂ ਚੜਾਈਆਂ ਦਾ ਹੋਣਾ ਵਾ ਇਹ ਕੱਲੀ ਕੱਲੀ ਲਹਿਦਾ ਲਹਿਦਾ ਨਹੀਂ ਹੋਣਾ ਪੁੱਤਰ ਓਏ ਬਾਬਾ ਜੀ ਕੋਈ ਤਵੀਤ ਧਾਗਾ ਦਿਓ ਵੱਖਰੇ ਸਾਨੂੰ ਕੰਮ ਨਾ ਸਹਾਓ ਸਾਨੂੰ ਆਪ ਬੜਾ ਹੁੰਦਾ ਹੈ ਕੰਮ ਜਿੱਦਾਂ ਕੁੜੀ ਚੜਾਈ ਦੱਸਣ ਡਈ ਆ ਚੜਾਈ ਦਾ ਕੰਮ ਨਹੀਂ ਪੁੱਤਰ ਤੇਰੀ ਕੁੜੀ ਦੇ ਆ ਵਾਹ ਵਾਹ ਕਿਸ ਤਰ੍ਹਾਂ ਐ ਵੇਖੋ ਕਰੋ ਆ ਇਹ ਆ ਕਿੰਨਾ ਕਿੰਨੇ ਬਾਹਰ ਨੂੰ ਜਾਂਦਾ ਹੈ ਬਾਬਾ ਇਹ ਚੜਾਈ ਦਾ ਕੰਮ ਨਹੀਂ ਇਹ ਤਬਾਈ ਦਾ ਕੰਮ ਹੀ ਇਹ ਆ ਇੰਨਾ ਕਿ ਨਹੀਂ ਹੁੰਦਾ ਇੰਨਾ ਇਹ ਬਾਬਾ ਜੀ ਇਹ ਨਹੀਂ ਹੁੰਦਾ ਹਾਂ ਬਾਬਾ ਬਾਦਸ਼ਾਹ मैनूं दस पता नहीं तू किदां वेला फिरी जाण डिया बच्ची तेरी वेलियां रहण वाली नहीं मेरे पले खर्चे पए आ बाबा हुणे खोल दिंदे आ पुत्तर हुणे खोल दिंदे आ बाबा जिद्दां तूं इंज इंज करन डिया सी ना हां बैरंग तेरा वी पैण वाला वा ना पुत्र मैं तो हजे कल पाया वा माड़ा जिहा करो जी किदां के इह आ साइड आ जिहड़ी इह किन्नी क बार नूं जांदी आ किन्नी क बार बहुत होर बार कड्डो सारी बार कड्ड लो सारी कड्डो सारी कड्ड लो सारी क्या बात आ क्या बात आ बाबा तू तो बच्चियां नालों ज्यादा दिहाड़ी ला सकदा आ ओ तेरियां जिन्नियां बच्चियां जवान आ सालिया तैनूं तां अपनी पई रहणी चाहीदी आ तू हजे भी जवान बड़िया फिरदा ऐ सत वीर दवो कि मैं अपने उस्ताद जी नु ना रक्षा छडा के ना गड्डी लै दवां ना ना इहनूं हजे चलाउण दे रक्षा बड़े पहले ही झटके लगदे ने जांदे आ ते तू जरूर टुटी सड़क ते जाणा हुंदा ऐ झटके लवाउंदा जाना इहनूं चला लैण दे रक्षा खलोता वा तू कवे मेन तू छाल मार के कवे लभ लिया लभ लिया मेरा वाह मेरा वाह है अच्छा भाई भाई अज दम करना मैं किदा पावा वा केड़ा आस्ताना वा बाबा ओ सिद्धी कर ला कुड़ी नू साला मैं बाबा आके बाबा सीट ते दम करदा वा कुड़िए कम खोलना वा हां बाबा जी आ चिरागा दा तेल चप्पे नू ला लै अच्छा ते अपने अब्बे दा सिर चस दे पुत चप्पे नू लाउणा कुछ नहीं बनना है कूणियां नू लाउण वाली गल आ ओथे रख लेकिन गल ये है कि किसी ने बड़ा बुरा किया कुछ ना कुछ तो मेरा करो बाबा जी ऐसा करो कि मैं जिदे को जावा फुड़क के मर जाए ओदे वास्ते तेरे प्यो नु कष्ट कटना पैना मजदूरी करनी पैनी है उनू चिंता करनी पैनी तेरी फिर सही होएगा ओ अच्छा। किसे कश्ती दे आ पुत्ता कश्ती सारा कष्ट मैं ही कटना है
ਬਾਬਾ ਬਣਿਆ ਤੂੰ ਤੇ ਕਮਾਈ ਕਿੱਥੇ ਖਾਣੀ ਹੈ ਕਮਾਈ ਵੀ ਤੇ ਤੂੰ ਹੀ ਸਾਡੀ ਖਾਣਾ ਹੈ ਨਾ ਪੁੱਤਰ ਮੈਨੂੰ ਕਸ਼ਤੀ ਦਾ ਪੁੱਤਰ ਕਹੀ ਜਾਣ ਡਿਆ ਮੈਂ ਤੈਨੂੰ ਸਮਝਾ ਰਿਹਾ ਕਸ਼ਤ ਕੱਟਣੇ ਪੈਣੇ ਨੇ ਕਸ਼ਤ ਆ ਤੂੰ ਗੱਲ ਕਿੱਧਰ ਨੂੰ ਲਈ ਜਾਣਾ ਕਸ਼ਤ ਜਿਹੜੇ ਹੁੰਦੇ ਨੇ ਪੁੱਤਰ ਉਹਦੇ ਵਾਸਤੇ ਕਰ ਲੈਂਗਾ ਤੇਰੀ ਬੱਚੀ ਦੀ ਜ਼ਿੰਦਗੀ ਬਣ ਜੂ ਤੇਰੀ ਤਾਂ ਖਰਾਬ ਹੋਈ ਆ ਉਹਦੀ ਤਾਂ ਬਣ ਲੈ ਨਾ ਸੁਣੀ ਪੁੱਤ ਨਾ ਸੁਣੀ ਨਾ ਆਇਆ ਫੋਨ ਬਾਬਾ ਜੀ ਤੇ ਤੇਰੇ ਨੂੰ ਪੈਸਾ ਕੋਈ ਨਹੀਂ ਆਇਆ ਫੋਨ ਦਸੀ ਰੱਖ ਲੈ ਨੇ ਕਾਫੀ ਆਉਣਗੇ ਸਾਨੂੰ ਪੁੱਤਰ ਉਹਦੇ ਵਾਸਤੇ ਮਿਹਨਤ ਕਰਨੀ ਪੈਣੀ ਸਵੇਰੇ ਕਿੰਨੇ ਵਜੇ ਉੱਠਦਾ 10 ਵਜੇ ਬਾਬਾ ਜੀ ਬਾਬਾ ਜੀ ਹਾਂ ਮੈਂ ਨਹੀਂ ਉੱਠਣਾ ਕੰਮ ਤੂੰ ਕਰ ਦੇ ਤੂੰ ਨਹੀਂ ਉੱਠਣਾ ਵੇ ਪਾਸਾ ਲੈ ਕੇ ਪਿਆ ਰਹੇਗਾ ਉਹ ਮੈਂ 10 ਵਜੇ ਉੱਠ ਜਾਣਾ ਯਾਰ ਅਸੀਂ 10 ਵਜੇ ਉੱਠ ਜਾਂਦੇ ਆ ਸਾਡਾ ਕੰਮ ਬਹੁਤ ਜ਼ਿਆਦਾ ਅਸੀਂ ਸਿਰਫ 2 ਘੰਟੇ ਸੋਨੇ ਆ ਹਾਂ ਹੀ ਤੁਹਾਡੀ ਬੇਵਕੂਫੀ ਜਿਹੜਾ 10 ਵਜੇ ਉੱਠਦੇ 7 ਵਜੇ ਉੱਠੇ ਮਾਮਾ ਤੈਨੂੰ ਸਵਾਰੀ ਜਾਂਦੇ ਆ ਪੈ ਜਵੇ ਆ 10 ਵਜੇ ਉੱਠਦੇ ਜਦੋਂ ਸਾਰੀ ਦੁਨੀਆ ਕੰਮਾਂ ਤੇ ਚੱਲ ਜਾਂਦੀ ਫੇਰ ਤੂੰ ਰਕਸ਼ਾ ਕੱਢਦਾ ਹਾਂ ਬੇਵਕੂਫੀ ਤਾਂ ਤੇਰੀ ਪੁੱਤਰ ਬਾਬਾ ਜੀ ਹੱਥ ਵੇਖੋ ਕੁੜੀ ਦਾ ਹੱਥ ਓਏ ਹੋਏ ਹੋਏ ਹੱਥ ਤਾਂ ਇਹਦਾ ਦੇਖਣ ਵਾਲਾ ਹੱਥ ਤੈਨੂੰ ਅੱਗੇ ਬਹੁਤ ਲੋਕਾਂ ਨੇ ਦਿਖਾਇਆ ਮੈਨੂੰ ਲੱਗਦਾ ਸੱਚੀ ਮੁੱਛੀ ਚ ਮੇਰੀ ਬਾਬਾ ਜੀ ਆਖਰੀ ਖੁਆਇਸ਼ ਆ ਕੀ ਪੁੱਤਰ ਕੀ ਤੁਹਾਨੂੰ ਉਹ ਜੁੱਤੀ ਫੇਰਾ ਮੈਂ ਪੁੱਤਰ ਇਹ ਕਈਆਂ ਦੀ ਖੁਆਇਸ਼ ਸੀ ਪੂਰੀ ਨਹੀਂ ਹੋਈ ਇਹ ਅਮੀ ਦਿਲ ਦੀ ਰਹਿ ਜਾਂਦੀ ਹੈ ਜਿਹੜੀ ਗੱਲ ਮੇਨ ਆ ਉਹ ਦੱਸ ਪੁੱਤ ਮੈਂ ਉਧਰ ਨੂੰ ਲੈ ਕੇ ਆਉਂਦਿਆ ਉਧਰ ਹੀ ਲੈ ਕੇ ਆਉਂਦਿਆ ਲਓ ਜੀ ਗੱਲ ਇਹ ਆ ਕਿ ਤੇਰੇ ਤੇ ਬੜਾ ਕਿਸੇ ਨੇ ਕਾਰਾ ਕੀਤਾ ਪੁੱਤ ਉੱਥੇ ਅੰਦਰ ਚੱਲ ਮੇਰੇ ਨਾਲ ਉਹ ਮੇਰੇ ਕਮਰੇ ਦੇ ਵਿੱਚ ਮੇਰੀ ਚਾਦਰ ਪਈ ਆ ਆਹੋ ਉਹ ਚਾਦਰ ਬੜੀ ਸੋਹਣੀ ਮਸ਼ੀਨ 'ਚ 2 ਗੇੜੇ ਕੱਢ ਕੇ ਨਾ ਉਹਨੂੰ ਸਾਫ਼ ਸੁਥਰੀ ਕਰਕੇ ਵਿਛਾ ਫੇਰ ਆਣ ਕੇ ਤੈਨੂੰ ਦਮ ਕਰਦੇ ਬੱਲੇ ਅੱਛਾ ਹਾਂਜੀ ਆਜੋ ਮੇਰੇ ਨਾਲ ਚਲਾ ਫਿਰ ਆਓ ਮੇਰੇ ਨਾਲ ਆ ਫਿਰ ਓਏ 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 ਮੈਂ ਤੇਰੇ ਬੱਚੇ ਨੂੰ ਸਮਝਾ ਕੇ ਆਇਆ ਵੀ ਓਏ ਹੋਏ 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 ਤੂੰ ਤਾਂ ਬੇਵਕੂਫਾ ਕਿਉਂ ਵੇਲਾ ਫਰੀ ਜਾਣ ਡਿਆ ਮੈਨੂੰ ਨਹੀਂ ਸਮਝ ਆਉਂਦਾ ਉਹ ਕਿਹੜੀ ਸ਼ਾ ਵੇਲੇ ਰਹਿਣ ਵਾਲੀ ਆ ਤੇਰੀ ਬੱਚੀ ਤਬਾਹੀਆਂ ਲਾਉਣ ਡਈ ਆ ਉਹ ਮੇਰਾ ਆਸਤਾਨਾ ਚੱਚ ਗਿਆ ਵੇ ਇਹ ਫਟਾ ਅੱਜ ਤੋਂ ਫਟਾ ਚਟਾ ਦੇ ਅਤੇ ਇੱਕ ਸਟੀਲ ਦਾ ਡੰਡਾ ਲਵਾ ਦੇ